जस्ट भी देख रहे हो तुसी, मैं केपी सिंह तुहाडा स्वागत करता हां। पंजाब दे मुद्दे इस सियासत चो आउट क्यों हुंदे जा रहे हैं, सवाल बड़ा महत्वपूर्ण हैगा। इसे करके अज असी बहस कर रहे हैं, बहस इस करके कर रहे हैं, राजधानी पंजाब नूं चाहीदी है, पंजाबी बोलदे इलाके पंजाब नूं चाहीदे है, पंजाब दे पानी दा मसला हल होवे, जिहड़े दहशतगर्दी दे दौर विच काले दौर विच चढ़िया करजा सी ओह माफ होवे, होर बड़े सारे मुद्दे हैगे जिन्हां बारे चोण प्रचार दे रोले विच गल नहीं हो रही। ਇੱਥੋਂ ਤੱਕ ਕਿ ਕੌਮੀ ਪਾਰਟੀਆਂ ਤੋਂ ਅਸੀਂ ਉਮੀਦ ਨਹੀਂ ਕਰਦੇ, ਜਿਹੜੀਆਂ ਖੇਤਰੀ ਪਾਰਟੀਆਂ ਹੈਗੀਆਂ ਉਹ ਵੀ ਏਜੰਡੇ ਤੋਂ ਭਟਕਦੀਆਂ ਹੋਈਆਂ ਨਜ਼ਰ ਆ ਰਹੀਆਂ। ਅਸੀਂ ਸਵਾਲ ਇਹ ਵੀ ਪੁੱਛਣਾ ਹੈਗਾ ਕਿ ਪੰਜਾਬ ਦਾ ਏਜੰਡਾ ਤੈਅ ਕੌਣ ਕਰ ਰਿਹਾ ਅਤੇ ਕੌਣ ਪੁੱਛੇਗਾ ਪੰਜਾਬ 'ਤੇ ਸਵਾਲ। ਪੰਜਾਬ ਦੇ ਮੁੱਦੇ ਅੱਜ ਬਹਿਸ ਕਿਉਂ ਕਰ ਰਹੇ, ਤੁਹਾਨੂੰ ਟੂ ਦਾ ਪੁਆਇੰਟ ਵਿੱਚ ਪੁਆਇੰਟ ਟੂ ਪੁਆਇੰਟ ਦੱਸ ਦਈਏ। ਸੱਤਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਪੰਜਾਬ ਦੇ ਮੁੱਦੇ ਮਨਫੀ ਹੋ ਚੁੱਕੇ ਆ, ਪੰਜਾਬ ਦੇ ਮੁੱਦੇ ਨਾ ਚੁੱਕੇ ਜਾਣ 'ਤੇ ਸੱਥਾਂ ਤੋਂ ਸਿਆਸੀ ਜਾਣਕਾਰਾਂ ਤੱਕ ਚਿੰਤਾ ਜਿਤਾਈ ਜਾ ਰਹੀ ਹੈ। ਪੰਜਾਬ ਦੇ ਪਾਣੀ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦੀ ਮੰਗ ਅਧੂਰੀ ਛੱਡੀ ਹੋਈ ਹੈ, ਰਾਜਧਾਨੀ ਚੰਡੀਗੜ੍ਹ ਵਿੱਚ ਘਟਦੇ ਪੰਜਾਬ ਦੇ ਪ੍ਰਭਾਵ, ਇਹ ਵੀ ਮੁੱਦਾ ਬਹੁਤ ਵੱਡਾ ਹੈਗਾ ਅਤੇ ਸਣੇ ਮਾਂ ਬੋਲੀ ਪੰਜਾਬੀ ਨਾਲ ਵਿਤਕਰੇ 'ਤੇ ਚਿੰਤਾ ਜਿਤਾਈ ਜਾ ਰਹੀ ਹੈ। ਹਾਲਾਂਕਿ ਕਈ ਮੰਚ ਆ ਜਿਹੜੇ ਚੰਡੀਗੜ੍ਹ ਪੰਜਾਬ ਮੰਚ, ਪੰਜਾਬੀ ਮੰਚ ਵਰਗੇ ਜਿਹੜੇ ਉਹ ਆਪਣੇ ਤੌਰ ਤਰੀਕੇ ਨਾਲ ਗੱਲਬਾਤ ਵੀ ਕਰਦੇ ਆ, ਪਰ ਉਸ ਦੇ ਬਾਵਜੂਦ ਜਿਹੜੀ ਸਿਆਸਤ ਹੈ ਉਹਨਾਂ ਦੇ ਕੰਨ 'ਤੇ ਜੂ ਨਹੀਂ ਸਕਦੀ ਪਈ। ਕੌਮੀ ਪਾਰਟੀਆਂ ਨਾਲ ਨਾਲ ਪੰਜਾਬ ਦੀਆਂ ਪਾਰਟੀਆਂ ਵੀ ਲੋਕ ਮੰਗਾਂ ਅੱਗੇ ਪਿਛੜੀਆਂ ਨਜ਼ਰ ਆ ਰਹੀਆਂ। ਪੰਜਾਬ ਦੇ ਮੁੱਦਿਆਂ ਦੇ ਹੱਲ ਕਰਾਉਣ ਦੇ ਦਾਅਵੇ ਕਰਨ ਵਾਲੇ ਆਪਸੀ ਦੂਸ਼ਣਬਾਜ਼ੀ ਉਲਝੇ ਆ, ਕਹਿੰਦੇ ਆ ਕਿ ਅਸੀਂ ਸੰਘੀ ਢਾਂਚੇ ਦੀ ਮੰਗ ਹੈ ਜਿਹੜੀ ਪੂਰੀ ਕਰਵਾਉਣੀ ਹੈਗੀ ਆ, ਪਰ ਸ਼ੰਭੂ ਬਾਰਡਰ ਟੱਪਦੇ ਭੁੱਲ ਜਾਂਦੇ ਆ ਅਤੇ ਹੁਣ ਤਾਂ ਸ਼ੰਭੂ ਬਾਰਡਰ ਤੋਂ ਪਹਿਲਾਂ ਹੀ ਭੁੱਲ ਚੁੱਕੇ ਹੈਗੇ ਆ। ਸਵਾਲ ਇੱਕੋ ਪੁੱਛਾਂਗੇ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ, ਲੋਕ ਸਭਾ ਚੋਣਾਂ ਦੇ ਰੋਲੇ ਵਾਲੀ ਰਾਜਨੀਤੀ ਵਿੱਚੋਂ ਪੰਜਾਬ ਦੇ ਮੁੱਦੇ ਆਊਟ ਕਿਉਂ? ਇਸੇ ਸਵਾਲ 'ਤੇ ਅਸੀਂ ਚਰਚਾ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤੁਹਾਡਾ ਤਾਰੁਫ ਕਰਾ ਰਿਹਾ। ਤਰਲੋਚਨ ਸਿੰਘ ਸੀਨੀਅਰ ਪੱਤਰਕਾਰ ਨੇ, ਇਹਨਾਂ ਨੂੰ ਇਸ ਕਰਕੇ ਇੱਥੇ ਸੱਦਿਆ ਕਿਉਂਕਿ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਇਹ ਆਵਾਜ਼ ਚੁੱਕਦੇ ਆਏ ਹੈਗੇ ਅਤੇ ਅੱਜ ਇਹਨਾਂ ਨੇ ਇੱਕ ਸਮਾਗਮ ਵੀ ਕਰਵਾਇਆ ਹੈਗਾ ਅਤੇ ਉੱਥੇ ਵੀ ਇਹ ਪੰਜਾਬੀ ਮਾਂ ਬੋਲੀ ਦੇ ਬਾਰੇ ਇਹਨਾਂ ਨੇ ਫਿਕਰ ਜਤਾਈ ਹੈ ਅਤੇ ਉੱਥੇ ਤਿੰਨਾਂ ਪਾਰਟੀਆਂ ਦੇ ਨੁਮਾਇੰਦੇ ਵੀ ਇਹਨਾਂ ਨੇ ਸੱਦੇ ਸੀ, ਉਹਨਾਂ ਤੋਂ ਵਾਅਦਾ ਵੀ ਕਰਵਾਇਆ ਹੈਗਾ। ਇਸ ਕਰਕੇ ਤਰਲੋਚਨ ਸਿੰਘ ਹਰਾ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਮਾਂ ਬੋਲੀ ਦਾ ਜਿਹੜਾ ਮਸਲਾ ਹੈਗਾ ਉਹ ਹੱਲ ਕਿਵੇਂ ਹੋਵੇਗਾ। ਤਰਲੋਚਨ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਮਾਲਵਿੰਦਰ ਸਿੰਘ ਮਾਲੀ ਅਕਸਰ ਇਹ ਚਿੰਤਾ ਜਤਾਉਂਦੇ ਰਹਿੰਦੇ ਆ ਕਿ ਪੰਜਾਬ ਦੇ ਮਸਲਿਆਂ ਦਾ ਕੋਈ ਜ਼ਿਕਰ ਨਹੀਂ ਕਰਦਾ ਗਾ, ਹਾਲਾਂਕਿ ਉਹਨਾਂ ਮੀਡੀਆ ਅਦਾਰਿਆਂ 'ਤੇ ਅਤੇ ਮੀਡੀਆ ਦੇ ਜਿਹੜੇ ਨੁਮਾਇੰਦੇ ਹੈਗੇ ਉਹਨਾਂ 'ਤੇ ਵੀ ਸਵਾਲ ਕਈ ਵਾਰੀ ਚੁੱਕ ਦਿੰਦੇ ਆ ਮਾਲੀ ਸਾਹਿਬ ਕਿ ਇਹਨਾਂ ਨੂੰ ਪਤਾ ਹੀ ਨਹੀਂ ਪੰਜਾਬ ਦੇ ਮੁੱਦੇ ਹੈ ਕੀ ਆ। ਵੈਸੇ ਵਾਕਿਆ ਹੀ ਬਹੁਤੇ ਸਾਰੇ ਸਾਡੇ ਲੋਕਾਂ ਨੂੰ ਨਹੀਂ ਪਤਾ ਹੈਗਾ, ਈਵਨ ਕਿ ਸਾਨੂੰ ਵੀ ਨਹੀਂ ਪਤਾ ਹੈਗਾ। ਇਸ ਕਰਕੇ ਮਾਲੀ ਸਾਹਿਬ ਨੂੰ ਸੱਦਿਆ ਸੀ ਕਿ ਸਮਝਣ ਦੀ ਕੋਸ਼ਿਸ਼ ਕਰਾਂਗੇ ਸਿਆਸਤ ਇਹਨਾਂ ਮੁੱਦਿਆਂ ਨੂੰ ਚੁੱਕਣ ਤੋਂ ਗੁਰੇਜ਼ ਕਿਉਂ ਕਰਦੀ ਹੈ ਅਤੇ ਮੀਡੀਆ ਇਹਨਾਂ ਮੁੱਦਿਆਂ ਤੋਂ ਪਾਸੇ ਕਿਉਂ ਹੋ ਰਿਹਾ। ਮਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹਜੇ ਪਹੁੰਚੇ ਨਹੀਂ, ਜੋ ਪਹੁੰਚ ਜਾਣਗੇ ਉਹਨਾਂ ਦਾ ਸਵਾਗਤ ਵੀ ਕਰ ਦਾਂਗੇ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਉਹ ਖੇਤਰੀ ਪਾਰਟੀ ਹੈਗੀ ਹੈ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀ ਹੈਗੀ ਹੈ ਮੁੱਦੇ ਚੁੱਕਣ ਦੀ ਅਤੇ ਉਹ ਚੋਣ ਪ੍ਰਚਾਰ ਵਿੱਚ ਜ਼ਿਆਦਾ ਰੁੱਝੇ ਹੋਏ ਆ, ਇਸੇ ਕਰਕੇ ਥੋੜ੍ਹਾ ਜਿਹਾ ਲੇਟ ਹੋ ਗਿਆ, ਆ ਜਾਣਗੇ ਅਤੇ ਸਵਾਗਤ ਵੀ ਕਰਾਂਗੇ। ਸੁਰਜੀਤ ਸਿੰਘ ਸਵੈਚ ਕਾਂਗਰਸ ਦੇ ਬੁਲਾਰੇ ਆ, ਸੁਰਜੀਤ ਸਿੰਘ ਸਵੈਚ ਇਹਨਾਂ ਦੀ ਕੌਮੀ ਪਾਰਟੀ ਹੈਗੀ ਆ ਅਤੇ ਇਹਨਾਂ ਦੇ ਉੱਤੇ ਇਲਜ਼ਾਮ ਬੜੇ ਲੱਗਦੇ ਆ ਕਿ ਜਿਹੜੇ ਖੇਤਰੀ ਮੁੱਦੇ ਹੈਗੇ ਉਹਨਾਂ ਨੂੰ ਪਿੱਛੇ ਛੱਡ ਦਿੰਦੇ ਆ। ਸਵੈਚ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਪਾਣੀਆਂ ਦੇ ਰਾਖੇ ਕੈਪਟਨ ਸਾਹਿਬ ਪੰਜਾਬ ਦੇ ਮੁੱਦਿਆਂ ਲਈ ਕਿੰਨੇ ਗੰਭੀਰ ਹੈਗੇ ਆ। ਸਵੈਚ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਦੇ ਬੁਲਾਰੇ ਆ, ਸੰਘੇੜਾ ਸਾਹਿਬ ਤੋਂ ਜਿਹੜੀ ਪਾਰਟੀਆਂ ਵੱਖ ਹੋਈਆਂ, ਡਾਕਟਰ ਗਾਂਧੀ ਹੋਣ ਚਾਹੇ ਸੁਖਪਾਲ ਸਿੰਘ ਖਹਿਰਾ ਹੋਣ, ਉਹ ਖੁਦ ਮੁਖਤਿਆਰੀ ਦੇ ਮੁੱਦੇ 'ਤੇ ਬਹੁਤ ਉਹਨਾਂ ਨੇ ਆਵਾਜ਼ ਉਠਾਈ ਹੈਗੀ ਆ ਅਤੇ ਆਮ ਆਦਮੀ ਪਾਰਟੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਖੁਦ ਮੁਖਤਿਆਰੀ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਦਾ ਕੀ ਤਰਕ ਹੈਗਾ। ਸੰਘੇੜਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਤਰਲੋਚਨ ਸਿੰਘ ਤੁਹਾਨੂੰ ਕਰਨਾ ਚਾਹੁੰਗਾ। ਤਰਲੋਚਨ ਸਿੰਘ ਜੀ, ਪਹਿਲਾਂ ਤੁਹਾਨੂੰ ਮੁਬਾਰਕ ਕਿ ਤੁਸੀਂ ਮੁੱਦੇ ਚੁੱਕਦੇ ਪਏ ਹੈਗੇ ਆ। ਸਵਾਲ ਇਹ ਹੈਗਾ ਜਿੱਥੇ ਤੁਸੀਂ ਮੁੱਦਾ ਚੱਕਦੇ ਹੋ ਬਹਿ ਕੇ ਰਾਜਧਾਨੀ ਚੰਡੀਗੜ੍ਹ ਦੇ ਵਿੱਚ, ਰਾਜਧਾਨੀ ਚੰਡੀਗੜ੍ਹ ਦਾ ਮੁੱਦਾ ਅਤੇ ਪੰਜਾਬੀ ਮਾਂ ਬੋਲੀ ਦਾ ਮੁੱਦਾ, ਤੁਹਾਨੂੰ ਕੀ ਲੱਗਦਾ ਕਿ ਇਹ ਸਿਆਸਤ ਕਿਉਂ ਪਾਸੇ ਕਰ ਰਹੀ ਹੈ ਇਹਨਾਂ ਮੁੱਦਿਆਂ ਨੂੰ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਜਦੋਂ ਤੁਸੀਂ ਪੰਜਾਬੀ ਦੀ ਚੰਡੀਗੜ੍ਹ ਦੀ ਗੱਲ ਕਰਦੇ ਤਾਂ ਮੈਨੂੰ ਪੰਜਾਬ ਦੀਆਂ ਸਿਆਸੀ ਪਾਰਟੀਆਂ 'ਤੇ ਤਰਸ ਆਉਂਦਾ, ਉਹ ਖਾਸ ਕਰਕੇ ਤਰਸ ਆਉਂਦਾ ਜਿਹੜੇ ਪੰਜਾਬ ਦੇ ਸਮੇਂ ਸਮੇਂ ਮੁੱਖ ਮੰਤਰੀ ਰਹੇ ਨੇ, ਭਾਵੇਂ ਪੰਜ ਵਾਰੀ ਪ੍ਰਕਾਸ਼ ਸਿੰਘ ਬਾਦਲ ਰਹੇ ਹੋਣ ਅਤੇ ਭਾਵੇਂ ਦੂਜੀ ਮਿਆਦ ਦਾ ਆਨੰਦ ਮਾਣ ਰਹੇ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਹੋਣ। ਕੇ ਪੀ ਜੀ, ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ, ਆਪਾਂ ਚੰਡੀਗੜ੍ਹ ਦੀ ਗੱਲ ਕਰੀਏ, ਇਹ ਮੁੱਖ ਮੰਤਰੀ, ਮੰਤਰੀ, MLA ਜਿਹੜੇ ਨੇ ਇਹ ਚੰਡੀਗੜ੍ਹ ਰਹਿੰਦੇ ਨੇ, ਚੰਡੀਗੜ੍ਹ ਇਹਨਾਂ ਦੇ ਦਫ਼ਤਰ ਨੇ, ਚੰਡੀਗੜ੍ਹ ਹੀ ਗੋਲਫ ਖੇਡਦੇ ਨੇ, ਚੰਡੀਗੜ੍ਹ ਵੀ ਸਾਰੇ ਸ਼ੁਗਲ ਮੇਲੇ ਕਰਦੇ ਨੇ, ਪਰ ਕਦੀ ਵੀ ਇਸ ਦੌਰ ਦੌਰਾਨ ਇਹਨਾਂ ਦੇ ਮਨ 'ਚ ਦਰਦ ਨਹੀਂ ਕਰੀ ਜਾਗਿਆ ਵੀ ਆਹ ਚੰਡੀਗੜ੍ਹ 'ਚ ਅਸੀਂ ਕਿਰਾਏਦਾਰ ਬਣ ਕੇ ਰਹਿ ਗਏ ਹਾਂ। ਉਹ ਚੰਡੀਗੜ੍ਹ ਜਿਹਨੂੰ 28 ਪੰਜਾਬੀ ਪਿੰਡ ਉਜਾੜ ਕੇ, ਮਿੱਦ ਕੇ ਔਰ ਉਹਨਾਂ ਲੋਕਾਂ ਦੇ ਬੁਰੀ ਤਰ੍ਹਾਂ ਉਜਾੜੇ ਕਰਕੇ ਇਹ ਕਹਿ ਕੇ ਬਣਾਇਆ ਸੀ ਵੀ ਇਹ ਪੰਜਾਬ ਦੀ ਰਾਜਧਾਨੀ ਬਣਾਉਣੀ, ਦੁਨੀਆ ਦੀ ਖੂਬਸੂਰਤ ਕੈਪੀਟਲ ਬਣਾਉਣੀ ਹੈ, ਅਤੇ ਜਦੋਂ ਕੈਪੀਟਲ ਬਣ ਗਈ ਤਾਂ ਉਹਦੇ ਉੱਤੇ UT ਦੀ ਸਟੈਂਪ ਲਾ ਕੇ ਪੰਜਾਬੀਆਂ ਨੂੰ ਔਰ ਪੰਜਾਬ ਸਰਕਾਰ ਨੂੰ ਆਪਣੀ ਰਾਜਧਾਨੀ 'ਚ ਕਿਰਾਏਦਾਰ ਬਣਾ ਦਿੱਤਾ। ਅਤੇ ਜਦੋਂ ਇੱਕ ਮੁੱਖ ਮੰਤਰੀ ਪੰਜਾਬ ਦਾ
चंडीगढ़ दीयां सड़कां ते अपनियां वड्डियां कारां ते तुरिया फिरदा ते मैनूं लगदा भी पंजाब दा मुख्यमंत्री अपनी राजधानी ते किराएदार बन के तुरिया फिरदा ते किराए दे घरां ते रह रिहा। सो मैं समझदा जिहड़े मुख्यमंत्री जिहड़े मंत्री जिहड़े MLA सालों साल जिहड़े ने इह हुकूमत दे नशे च हुकूमत दे सत्ता च रहिंदे ने और चंडीगढ़ वाले जिन्हों के मन च कभी दर्द ही नहीं जागया कि दो टुकड़िया का लैटर लिख के नहीं भेजा प्रधानमंत्री साढ़े वर्गे जिहड़े रोंदे पिटदे आ भी चंडीगढ़ खोलिया तुसीं पंजाबी पिंड तबाह करते घट्टो घट जिहड़े चंडीगढ़ अपनी राजधानी च वसदे उन्हां दी मां बोली तो बख्श दिओ सरकारी भाषा अंग्रेजी थां ते पंजाबी कर दो जिहड़े इहदे लई हाह दा नहीं नारा मार सकदे उन्हां बारे की आपां सोच सकदे। बहुत बहुत संजीदा मुद्दा है सुरजीत सिंह सवाज, मैं तुहाडे कोल आउणा सीगा पर मैं हजे नहीं आऊँगा, सियासत की गल मैं अगले सैगमेंट में सुनूंगा। मालव सिंह माली साहब, तुम बड़े कमेंट करते हो, मैं सोशल मीडिया से तुम्हें पढ़िया भी है। माली साहब, मीडिया में इन मुद्दों की समझ नहीं है कि राजनीति ने मीडिया के अगे यहोजे मुद्दे रखते हैं कि मीडिया को इन मुद्दों की चर्चा करने का वक्त नहीं है। नहीं देखो जी, मसला बड़ा गंभीर आ। जदों असीं कहिंदे आ ना वी पंजाब आ जिहड़ा बहुत कंगाली दे दौर चों गुजर रहा, उहदे विच सारे ही आउंदे ने, कुछ सियासतदान भी आउंदे ने, बुद्धिजीवी आउंदे ने, अध्यापक भी आउंदे ने, प्रोफेसर भी आउंदे ने ते मीडिया भी आउंदा। बिल्कुल हर वर्ग, हर वर्ग उहदे विच आउंदा। कीते किन्ना कासर है वक्खरी गल आ। इह नहीं हो सकदा भी उस गल तों भी सियासत मुद्दियां ते भी होणी होई पई आ ते जिहड़ा मीडिया वह मुद्दों बारे बड़ा सीरीयस आ। यह कंट्राडिक्शन नहीं है, एक दूजे की पूरक बन जाती है, पैरल चलते पे ने। इस करके मैं कह रहा, मैं देखो पत्रकार ने सियासी बंदे तो वैसे डरते कही जाते होंगे ने, पत्रकारों का बड़ा सत्कार करते हैं जी। पत्रकार भी बुनियादी तौर पर गैर सियासी ने। मैं उन्होंने इंटरव्यू देखदा, मसले देखदा, उन्होंने सवाल जो पुछते ने वो काउंटर सवाल ही नहीं करना आता किसी गल का। बंदा आराम नाल झूठ बोल के चलिया जाता, आराम दे नाल गलत बोल के चलिया जाता। अज जिहड़ा वैसे सवाल चकते पे ना, अज वर्ल्ड प्रेस फ्रीडम डे हैगा ते उस प्रेस की आजादी वाले दिन तुसीं ये सवाल चकते पे हो, मुबारक है तुहानूं, तुसीं सवाल चुकते पे सानूं भी चुकना पैंदा। देखो ठीक है, तुसीं देखो भी मीडिया काउंटर क्वेश्चन किन्ने करदा। श्रोमणी कमेटी की गल लै लो, तुसीं पंजाब की गल लै लो, राजधानी की गल लै लो, पाणियां की गल लै लो, बोली की गल लै लो, खुद मुख्तियारी की गल लै लो। जदों कोई बंदा इन्हां बारे गल करदा, मीडिया खुद एक काउंटर क्वेश्चन नहीं करदा। नहीं, मीडिया काउंटर करना भुल गया जां काउंटर करना भुला दित्ता ना। मीडिया जिहड़ा उह सियासी तौर ते अनपढ़ हुंदा जा रहा, उह बस चलदी दी गड्डी दे विच सवार होवो, खबर बनाओ, सुरखी की बणदी है उह ते बोलीए। हाँ, जिहड़ी गल मैं असल कहना चाहुंदा तुहानूं, असल ते कहती तुसीं असल गल इह आ भी देखो साडा जिहड़ा भारत आ ना जी, जदों इह आजाद होया उदों जिहड़ी लीडरशिप सी ना जी उह बड़ी सीरीयस सी। ਉਹ ਸਮਝਦੀ ਸੀ ਵੀ ਇਹ ਦੇਸ਼ ਕਿਹਾ ਜਾ, ਇਹਦੀਆਂ ਸਮੱਸਿਆਵਾਂ ਕਿੰਨੀਆਂ ਜੀਆਂ ਨੇ, ਇਹਨੂੰ ਅਸੀਂ ਕਿਵੇਂ ਗਾਹਾਂ ਲੈ ਕੇ ਚੱਲਣਾ। ਉਹਨਾਂ ਨੇ ਉਹੋ ਜਿਹਾ ਸੰਵਿਧਾਨ ਬਣਾਇਆ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਸੰਘਾਤਮਕ ਵੀ ਹੈ ਜੀ, ਅਕਾਤਮਕ ਹੀ ਹੈ। ਇਹ ਬੋਲੀ ਦੇ ਆਧਾਰ 'ਤੇ ਸੂਬੇ ਵੀ ਉਹਨਾਂ ਨੇ ਬਣਾਏ, ਪਰ ਉਹਨਾਂ ਨੇ ਇੱਕ ਡਾਇਰੈਕਸ਼ਨ ਲੈ ਲਈ ਵੀ ਇਹਦਾ ਅਸੀਂ ਏਕੀਕਰਨ ਕਰਨਾ ਹੌਲੀ ਹੌਲੀ ਕਰਕੇ। ਜਿਹਦੇ ਕਰਕੇ ਕੀ ਹੋਇਆ ਜੀ, ਜਦੋਂ ਸਮਾਜ ਦਾ ਵਿਕਾਸ ਅੱਗੇ ਹੋਇਆ ਤਾਂ ਖੇਤਰੀ ਭਾਵਨਾਵਾਂ ਦਾ ਸੈਂਟਰਲ ਭਾਵਨਾਵਾਂ ਨਾਲ ਟਕਰਾਅ ਸ਼ੁਰੂ ਹੋ ਗਿਆ, ਜਿਹਦੇ ਕਰਕੇ ਜਿਹੜੀਆਂ ਖੇਤਰੀ ਪਾਰਟੀਆਂ ਦਾ ਆਭਾਰ ਹੋ ਗਿਆ, ਨੈਸ਼ਨਲ ਪਾਰਟੀਆਂ ਰਹੀਆਂ ਨਹੀਂ, ਕੋਲੀਸ਼ਨ ਸਰਕਾਰਾਂ ਦਾ ਯੁੱਗ ਆ ਗਿਆ। ਉਦੋਂ ਫਿਰ ਇਹ ਗੱਲ ਉੱਠੀ ਵੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਆ। ਕਿਉਂ? ਕਿਉਂਕਿ ਹਰ ਇੱਕ ਰਾਜ ਦੇ ਆਪਣੇ ਵੱਖਰੇ ਮਸਲੇ ਨੇ, ਉਹਨਾਂ ਦੀ ਬੋਲੀ ਆ, ਸੱਭਿਆਚਾਰ ਆ, ਪਛਾਣ ਆ ਅਤੇ ਆਰਥਿਕ ਵਿਕਾਸ ਦੀਆਂ ਉਹਨਾਂ ਦੀਆਂ ਲੋੜਾਂ ਅੱਡ ਅੱਡ ਨੇ। ਇਸ ਕਰਕੇ ਵੱਧ ਅਧਿਕਾਰਾਂ ਦੀ ਮੰਗ ਸੀ ਜਿਹੜੀ ਉਹ ਉੱਠੀ ਸੀ, ਜਿਹਦੇ ਨਾਲ ਜੁੜ ਕੇ ਸਾਰੇ ਮਸਲੇ ਸਾਹਮਣੇ ਆਉਣੇ ਸੀ। ਪੰਜਾਬ ਇਹਦੇ ਵਿੱਚ ਨਿਵਿਕਲ ਇਸ ਕਰਕੇ ਆ ਕਿ ਪੰਜਾਬ ਸਭ ਤੋਂ TC ਦੇ ਵਿਕਾਸ 'ਤੇ ਚੱਲ ਰਿਹਾ ਸੀ, ਜਿੱਥੇ ਜਾ ਕੇ ਇਹਦਾ ਵਿਕਾਸ ਰੁਕਿਆ ਉੱਥੇ ਹੁਣ ਜਿਹੜੀਆਂ ਨੀਤੀਆਂ ਆ ਗਈਆਂ ਸੈਂਟਰ ਵੱਲੋਂ ਉਹ ਆ ਗਈਆਂ ਵੀ ਅਸੀਂ ਸਾਰੇ ਦੇਸ਼ ਦਾ ਸਾਂਝਾ ਵਿਕਾਸ ਨਹੀਂ, ਅਸੀਂ ਕੇਂਦਰੀ ਨੀਤੀਆਂ ਦੱਬ ਕੇ ਰਹਿ ਗਏ ਹਾਂ। ਕੇਂਦਰੀ ਨੀਤੀਆਂ ਨੇ ਦੱਬ ਕੇ ਨਹੀਂ ਰਹਿ ਗਏ, ਉਹਨਾਂ ਨੇ ਤੁਹਾਨੂੰ ਰਗੜ ਕੇ ਰੱਖਤਾ, ਰਗੜ ਕੇ ਰੱਖਤਾ। ਮੈਂ ਇੱਕ ਛੋਟਾ ਬ੍ਰੇਕ ਲੈਣਾ ਮਾਲੀ ਸਾਹਿਬ, ਮੈਂ ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਊਂਗਾ। ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਵੀ ਬ੍ਰੇਕ ਤੋਂ ਬਾਅਦ ਸਾਡੇ ਨਾਲ ਹਾਜ਼ਰ ਹੋਣਗੇ, ਕਿਉਂਕਿ ਉਹਨਾਂ ਨੇ ਵਾਰ-ਵਾਰ ਇਹ ਮੁੱਦੇ ਚੁੱਕੇ ਸੀਗੇ। ਖੇਤਰੀ ਪਾਰਟੀ ਦੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹਿੰਦੀ ਹੈਗੀ ਹੈ ਅਤੇ ਉਹ ਆਪਦੇ ਨੂੰ ਕਹਿੰਦੀ ਹੈ ਕਿ ਪੰਜਾਬ ਦੇ ਹਿਤੈਸ਼ੀ, ਪੰਜਾਬੀ ਮੁੱਦੇ ਦੇ ਹਿਤੈਸ਼ੀ ਅਸੀਂ ਸਭ ਤੋਂ ਵੱਡੇ ਹੈਗੇ। ਉਹਨਾਂ ਨੂੰ ਪੁੱਛਾਂਗੇ ਕਿ ਉਹਨਾਂ ਨੇ ਪੰਜਾਬ ਦੇ ਮੁੱਦੇ ਕਿਉਂ ਛੱਡਤੇ ਹੈਗੇ। ਬ੍ਰੇਕ ਤੋਂ ਵਾਪਸ ਆਵਾਂਗੇ, ਕਿਉਂ ਮੋਦੀ ਕਰਦੇ ਪਏ ਸਰ? ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਲੋਕ ਸਭਾ ਚੋਣਾਂ ਦੇ ਰੋਲੇ ਵਾਲੀ ਰਾਜਨੀਤੀ 'ਚੋਂ ਪੰਜਾਬ ਦੇ ਮੁੱਦੇ ਆਊਟ ਕਿਉਂ ਆ? ਸਿਆਸੀ ਪਾਰਟੀਆਂ ਨੁਮਾਇੰਦੇ ਵੀ ਸਾਡੇ ਨਾਲ ਮੌਜੂਦ ਹੈ ਕਿ ਅਮਰਦੀਪ ਸਿੰਘ ਧਾਰਨੀ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ, ਉਹ ਵੀ ਪਹੁੰਚ ਚੁੱਕੇ ਆ। ਧਾਰਨੀ ਸਾਹਿਬ, ਬਹੁਤ ਸਵਾਗਤ ਹੈ ਤੁਹਾਡਾ। ਧਾਰਨੀ ਸਾਹਿਬ, ਜਿਵੇਂ ਤੁਸੀਂ ਦੇਰ ਨਾਲ ਪਹੁੰਚੇ ਹੋ, ਚਲੋ ਠੀਕ ਹੈ, ਕਿਤੇ ਟ੍ਰੈਫਿਕ 'ਚ ਫਸ ਗਏ ਹੋਵੋਗੇ। ਧਾਰਨੀ ਸਾਹਿਬ, ਜਿਹੜੇ ਤੁਹਾਡੇ ਮੁੱਦੇ ਹੈਗੇ ਉਹ ਕਿੱਥੇ ਫਸ ਗਏ ਆ?
जिन्हां ते श्रोमणी अकाली दल पहरा देंदे आ दावे करदा सी। देखो साडे जिहड़े मुद्दे हैगे आ लोकां दे मुद्दे हैगे आ पंजाब दे मुद्दे हैगे आ ਉਹ ਕਿਤੇ ਨਹੀਂ ਗਏ ਹੈਗੇ ਤੇ ਅੱਜ ਵੀ ਸਾਡੇ ਉੱਥੇ ਅਸੀਂ ਕਾਇਮ ਹੈਗੇ ਆ। ਜੋ ਸਾਡੇ ਪਾਣੀਆਂ ਦੇ ਮੁੱਦੇ ਜਾਂ ਸਾਡੇ ਪੰਜਾਬੀ ਬੋਲਦੇ ਏਰੀਆ ਦੇ ਮੁੱਦੇ ਜਾਂ ਚੰਡੀਗੜ੍ਹ ਦੇ ਮੁੱਦੇ, ਪਰ ਇਹ ਹੈ ਵੀ ਟਾਈਮ ਦੇ ਨਾਲ ਅਜੇ ਟੀਵੀ ਤੇ ਸੁਣਦਾ ਨਾ ਮੈਂ ਕਾਰਨੀ ਸਾਹਿਬ, ਮੈਂ ਇਹਨਾਂ ਰਾਜਨੀਤੀ ਦੇ ਰੋਲੇ ਵਿੱਚ ਮੈਂ ਨਹੀਂ ਸੁਣਿਆ ਹੈਗਾ। 15 ਦਿਨ ਬਾਕੀ ਪਏ ਆ, ਇਲੈਕਸ਼ਨ ਹੋ ਜਾਣੀਆਂ, ਉਹ ਸਭ ਦੇ ਵਿਚਾਲੇ ਮੈਂ ਇੱਕ ਦੂਜੇ ਤੋਂ ਦੂਸ਼ਣਬਾਜ਼ੀ ਸੁਣੀ ਹੈ। ਜੇ ਕਿਤੇ ਕੋਈ ਬਿਆਨ ਦਿੱਤਾ ਹੋਇਆ ਤਾਂ ਮੈਨੂੰ ਜ਼ਰੂਰ ਯਾਦ ਕਰਾ ਦਿਓ। ਦੇਖੋ ਗੱਲ ਇਹ ਹੈ ਵੀ ਇਹ ਜੇ ਕੋਈ, ਕਈ ਵਾਰ ਇਹ ਹੁੰਦਾ ਕਿ ਕਰੰਟ ਮੁੱਦੇ ਕੁਛ ਇਸ ਤਰ੍ਹਾਂ ਦੇ ਆ ਜਾਂਦੇ ਆ, ਜਿਵੇਂ ਪਿਛਲੇ ਟਾਈਮ ਦੇ ਵਿੱਚ ਬਰਗਾੜੀ ਦਾ ਮੁੱਦਾ ਆ ਗਿਆ ਜਾਂ ਹੋਰ ਇਸ ਤਰ੍ਹਾਂ ਦੇ ਮੁੱਦੇ ਆ ਗਏ, ਜਿਨ੍ਹਾਂ ਕਰਕੇ ਕਈ ਵਾਰ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ, ਜਿਹੜੇ ਮੈਂ ਇਹ ਸਮਝਦਾ ਕਿ ਜ਼ਿਆਦਾ ਸੈਂਸਿਟਿਵ ਮੁੱਦੇ ਆ ਉਹ ਨਾਲ ਹੀ ਚੱਕਣੇ ਚਾਹੀਦੇ ਆ। ਪਰ ਇੱਕ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਹਾਲਾਤ ਉਹ ਮੌਕੇ ਦੀ ਸਰਕਾਰ ਨੇ, ਤੁਸੀਂ ਕੁੱਲ ਮਿਲਾ ਕੇ ਕਹਿਣਾ ਚਾਹ ਰਹੇ ਹੋ ਕਿ ਬਰਗਾੜੀਆਂ ਤੁਹਾਨੂੰ ਬੈਕਫੁੱਟ ਤੇ ਕਰਤਾ, ਇਸ ਲਈ ਤੁਹਾਨੂੰ ਯਾਦ ਹੀ ਰਿਹਾ ਵੀ ਸ਼੍ਰੋਮਣੀ ਅਕਾਲੀ ਦਲ ਕਿਹੜੇ ਮੁੱਦੇ ਤੇ ਪਹਿਰਾ ਦਿੰਦਾ ਸੀਗਾ, ਸ਼੍ਰੋਮਣੀ ਅਕਾਲੀ ਦਲ ਉਹ ਮੁੱਦੇ ਭੁੱਲ ਗਿਆ? ਨਹੀਂ, ਦੇਖੋ ਪਹਿਲੀ ਗੱਲ ਤਾਂ ਤੁਹਾਡੀ ਦਾ ਮੈਂ ਜਵਾਬ ਦਵਾਂ ਕਿ ਬਰਗਾੜੀ ਨੇ ਸਾਨੂੰ ਬੈਕਫੁੱਟ ਤੇ ਨਹੀਂ ਕਰਿਆ ਹੈਗਾ, ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਕਾਂਗਰਸ ਦੀ ਇੱਕ ਜਿਹੜੀ ਸਾਜ਼ਿਸ਼ ਸੀ, ਇੱਕ ਪੋਲੀਟੀਕਲ ਨੀਤੀ ਸੀ, ਇੱਕ ਚਾਲ ਸੀ, ਉਹਦੇ ਮੁਤਾਬਕ ਇਹ ਲੋਕਾਂ ਦਾ ਜ਼ਰੂਰ ਧਿਆਨ ਡਾਈਵਰਟ ਹੋਇਆ। ਸਾਡਾ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਨਹੀਂ ਹੈਗਾ ਕਿ ਅਸੀਂ ਉਸ ਧਿਆਨ ਤੋਂ ਭਟਕ ਗਏ। ਸਰਜੀਤ ਸਿੰਘ ਸਵੈਚ, ਪੰਜਾਬ ਦੇ ਮੁੱਦੇ ਆਊਟ ਕਿਉਂ ਹੋ ਰਹੇ ਆ ਪੰਜਾਬ ਦੀ ਸਿਆਸਤ ਦੇ ਵਿੱਚ? ਕੇ ਪੀ ਜੀ, ਦੇਖੋ ਸਵਾਲ ਬਹੁਤ ਵੱਡਾ ਹੈ ਜੀ ਇਹ, ਅਤੇ ਗੰਭੀਰ ਸਵਾਲ ਵੀ ਹੈਗਾ, ਕਿਉਂਕਿ ਇਹ ਸ਼ੁਰੂਆਤ ਹੁੰਦੀ ਹੈ ਜੀ ਜਦੋਂ ਆਪਣੀ ਆਜ਼ਾਦੀ ਦੀ ਕੌਂਸਟੀਟਿਊਸ਼ਨ ਜਦੋਂ ਆਪਣਾ ਬਣਿਆ 1950 'ਚ ਲਾਗੂ ਹੋਇਆ, ਅਤੇ ਜੋ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਸੋਚ ਸੀਗੀ, ਜਿਸ ਹਿਸਾਬ ਨਾਲ ਉਹਨਾਂ ਨੇ ਚੰਡੀਗੜ੍ਹ ਨੂੰ ਬਣਾਇਆ, ਇੱਕ ਇੰਟਰਨੈਸ਼ਨਲ ਲੈਵਲ ਸਿਟੀ ਬਣਾਇਆ ਸੀਗਾ, ਅਤੇ ਹੋਰ ਵੱਡੇ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਸੀ ਉਹਨਾਂ ਨੇ, ਬਹੁਤ ਵੱਡੀ ਸੋਚ ਲੈ ਕੇ ਵੱਡਾ ਪੰਜਾਬ ਦੀ ਸੋਚ ਸੀਗੀ ਉਹ। ਲੇਕਿਨ ਹੌਲੀ ਹੌਲੀ ਹੁੰਦਾ ਕੀ ਹੈ ਗਿਆ, ਜੋ ਇਤਿਹਾਸ ਵਿੱਚ ਗਿਆ, ਲੰਬੀ ਕਹਾਣੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ। ਆਪਣਾ ਜਿਹੜਾ ਸੰਵਿਧਾਨ ਵੀ ਹੈ ਨਾ ਜੀ, ਇਹ ਇੱਕ ਕਹਿਣ ਨੂੰ ਫੈਡਰਲ ਹੈਗਾ, ਲੇਕਿਨ ਜਿਹੜੀ ਟਿਲਟ ਇਹਦੀ ਹੈਗੀ ਹੈ, ਟਿਲਟ ਯੂਨੀਟਰੀ ਹੈਗੀ ਹੈ। ਹੌਲੀ ਹੌਲੀ ਪਾਵਰ ਜਿਹੜੀ ਹੈਗੀ ਨਾ ਜੀ, ਸਟੇਟਸ ਤੋਂ ਜਿਹੜੀ ਹੈਗੀਆਂ ਸੈਂਟਰ ਦੇ ਹੱਥਾਂ ਦੇ ਵਿੱਚ, ਚਾਹੇ ਕਾਂਗਰਸ ਸਰਕਾਰ ਸੀਗੀ ਚਾਹੇ ਹੋਰ ਸਰਕਾਰ ਸੀ, ਕੋਈ ਵੀ ਪਾਵਰ ਜਿਹੜੀ ਹੈਗੀ ਆ ਕੇਂਦਰ ਦੇ ਕੋਲ ਜ਼ਿਆਦਾ ਗਿੱਧੀਆਂ ਗਈਆਂ, ਅਤੇ ਫਾਈਨੈਂਸ਼ੀਅਲ ਜਿਹੜੀ ਹੈਗੀ ਆ ਜੀ, ਕੰਪੈਸਿਟੀ ਵੀ ਜਿਹੜੀ ਹੈਗੀ ਆ ਨਾ, ਫੰਡਸ ਵੀ ਜਿਹੜੇ ਹੈਗੇ ਆ ਉਹ ਕੇਂਦਰ ਕੋਲ ਜ਼ਿਆਦਾ ਹੁੰਦੇ ਗਏ, ਸਟੇਟਾਂ ਨੂੰ ਘੱਟਦੇ। ਅੱਜ ਤੁਸੀਂ ਬੜੀ ਇਮਾਨਦਾਰ ਨੇ ਨੈਗੇਟਿਵ ਥਿੰਗ, ਤੁਸੀਂ ਬੜੀ ਇਮਾਨਦਾਰ ਨੇ ਗੱਲ ਮੰਨੀ, ਮੈਂ ਤੁਹਾਡਾ ਵੈਲਕਮ ਕਰਦਾ ਇਸ ਗੱਲ ਦਾ, ਅਤੇ ਤੁਸੀਂ ਇਹ ਮੰਨਣ ਨੂੰ ਵੀ ਤਿਆਰ ਹੈਗੇ ਹੋ ਕਿ 55 ਸਾਲ ਜੇ ਕਾਂਗਰਸ ਨੇ ਰਾਜ ਕੀਤਾ, ਇਹਦਾ ਮਤਲਬ ਕਾਂਗਰਸ ਨੇ ਪੰਜਾਬ ਨਾਲ ਸਭ ਤੋਂ ਵੱਧ ਨਹੀਂ? ਮੈਂ ਪੰਜਾਬ ਦੇ ਧੱਕੇ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਇਹ ਕਰ ਰਿਹਾ ਪੂਰੇ ਹਿੰਦੁਸਤਾਨ ਲੈਵਲ ਤੇ ਸਟੇਟਸ ਦੀ ਗੱਲ ਕਰ ਰਿਹਾ, ਅਧਿਕਾਰਾਂ ਦੀ। ਠੀਕ ਹੈ, ਕਿਉਂਕਿ ਠੀਕ ਹੈ, ਮੈਂ ਪੰਜਾਬ ਦਾ ਮਸਲਾ ਛੇੜ ਰਿਹਾ ਨਾ, ਇਹਦਾ ਮਤਲਬ ਕਾਂਗਰਸ ਨੇ ਸਭ ਤੋਂ ਜ਼ਿਆਦਾ ਰਾਜ ਕੀਤਾ ਤੇ ਕਾਂਗਰਸ ਨੇ ਪੰਜਾਬ ਨਾਲ ਸਭ ਤੋਂ ਜ਼ਿਆਦਾ ਧੱਕਾ ਕੀਤਾ? ਨਹੀਂ ਨਹੀਂ, ਧੱਕੇ ਦੀ ਗੱਲ ਨਹੀਂ ਹੈਗੀ, ਇਹ ਹੈਗੀ ਆਪਣੀ ਜਿਹੜੀ ਸੰਵਿਧਾਨ ਦੇ ਵਿੱਚ ਜਿਹੜੀਆਂ ਪ੍ਰਾਵਧਾਨ ਸੀਗੇ, ਪ੍ਰੋਵੀਜ਼ਨ ਸੀਗੀਆਂ, ਉਹ ਜਿਹੜੀਆਂ ਟਿਲਟ ਸੀ ਨਾ ਜੀ, ਉਹ ਟਿਲਟ ਦੇ ਕਾਰਨ ਸਟੇਟਸ ਦੇ ਅਧਿਕਾਰ ਜਿਹੜੇ ਘਟਦੇ ਗਏ ਹੈਗੇ ਆ, ਜਿਹਦੇ ਵਿੱਚ ਪੰਜਾਬ ਵੀ ਇੱਕ ਨੂੰ ਫਰਕ ਪਿਆ। ਕਿ ਅੱਜ ਕਹਿ ਦੋ ਨਾ, ਤੁਸੀਂ ਅੱਜ ਕਹਿ ਦੋ, ਤੁਸੀਂ ਕਹਿ ਰਹੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਗਏ, ਅੱਜ ਕਹਿ ਦੋ ਪੰਜਾਬ ਦੇ ਲੋਕਾਂ ਨੂੰ ਵੀ ਤੁਹਾਡੇ ਆਪ ਮਸਲੇ ਹੱਲ ਕਰਾਵਾਂਗੇ, ਪੰਜਾਬ ਦੇ ਪਾਣੀ ਦਾ ਮਸਲਾ ਹੱਲ ਕਰਾਵਾਂਗੇ। ਇਸੇ ਵਾਸਤੇ ਕਾਂਗਰਸ ਨੇ ਜਿਹੜਾ ਪੁੰਛੀ ਕਮਿਸ਼ਨ ਬਣਾਇਆ ਸੀਗਾ ਜੀ, ਕਿ ਸੈਂਟਰ ਅਤੇ ਸਟੇਟ ਦੇ ਰਿਲੇਸ਼ਨਸ ਨੇ ਇਹਨਾਂ ਨੂੰ ਦੁਬਾਰਾ ਰਿਵਿਊ ਕੀਤਾ ਜਾਵੇ, ਤੇ ਉਹ ਗੱਲ ਚੱਲ ਰਹੀ ਹੈ ਜੀ, ਉਹ ਗੱਲ ਚੱਲਣੀ ਵੀ ਚਾਹੀਦੀ ਹੈ ਗੱਲ, ਕਿਉਂਕਿ ਸਟੇਟਸ ਨੂੰ ਅਧਿਕਾਰ ਸੱਥਾਂ ਦੇ ਵਿੱਚ ਗੱਲ ਨਹੀਂ ਤੁਰੀ, ਇਹ ਤਾਂ ਗੱਲ ਪਾਰਲੀਮੈਂਟ, ਤੁਸੀਂ ਤਾਂ ਗੱਲਾਂ ਕਰਦੇ ਪਏ ਸੱਥਾਂ ਦੇ ਵਿੱਚ ਮਾਂਝਾ ਫੇਰ ਦਿਆਂਗੇ, ਮਾਂਝਾ ਤਾਂ ਪੰਜਾਬ ਗਿਆ, ਉਹਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ ਪਿਆ। ਇਹ ਜਿਹੜੇ ਚੋਣਾਂ ਹੁੰਦੀਆਂ ਨੇ ਨਾ ਜੀ, ਹਰ ਚੋਣ ਦੇ ਵਿੱਚ ਜਿਹੜੇ ਮੁੱਦੇ ਨੇ ਉਹ ਲੋਕਲ ਵੀ ਚੱਲਦੇ ਨੇ, ਵੱਡੇ ਵੀ ਚੱਲਦੇ ਨੇ, ਲੇਕਿਨ ਇਹ ਵੱਡੇ ਲੈਵਲ ਤੇ ਗੱਲ ਮੈਂ ਕਹਿਣਾ, ਅਸੀਂ ਸਾਡੀ ਪਾਰਟੀ ਵੀ ਕਹਿੰਦੀ ਹੈ ਕਿ ਸੈਂਟਰ ਸਟੇਟ ਰਿਲੇਸ਼ਨਸ ਨੇ ਇਹਨਾਂ ਬਾਰੇ ਗੱਲ ਹੋਣਾ ਚਾਹੀਦਾ। ਤੁਹਾਡੇ ਨਾਲ ਵੱਖ ਹੋ ਕੇ ਪਾਰਟੀਆਂ ਖੁਦ ਮੁਖਤਿਆਰੀ ਦੇ ਮੁੱਦੇ ਤੇ ਵੱਖ ਹੋ ਗਈਆਂ, ਤੁਹਾਡਾ ਖੁਦ ਮੁਖਤਿਆਰੀ ਤੇ ਕੀ ਸਟੈਂਡ ਹੈਗਾ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ? ਪਹਿਲਾਂ ਬੋਲੀਏ, ਉਸ ਤੋਂ ਬਾਅਦ ਅਗਲੀ ਗੱਲ ਕਰੀਏ। ਦੇਖੋ, ਜਿਹੜੇ ਲੋਕ ਵੱਖ ਹੋਏ ਆ ਖੁਦ ਮੁਖਤਿਆਰੀ ਦੇ ਮੁੱਦੇ ਤੇ, ਉਹ ਹੋਰ ਚੀਜ਼ ਹੈ। ਉਹ ਵਿਦਨ ਪਾਰਟੀ ਵੱਡੇ ਮੁੱਦੇ ਦੇ ਨਾਲ ਪੰਜਾਬ ਦੀ ਖੁਦ ਮੁਖਤਿਆਰੀ ਦੇ ਨਾਲ ਕੰਪੈਰੀਟਿਜ਼ਨ 'ਚ ਕੁਛ ਵੀ ਨਹੀਂ ਹੈ, ਇੱਕ ਸ਼ੋਸ਼ਾਬਾਜ਼ੀ ਹੈ। ਮੈਂ ਪਾਣੀਆਂ ਦੇ ਮੁੱਦੇ ਤੋਂ ਲੈ ਕੇ ਬਾਕੀ ਸਾਰੀਆਂ ਗੱਲਾਂ 'ਤੇ ਜਿਹੜਾ ਸਭ ਤੋਂ ਵੱਡਾ ਦੋਸ਼ ਹੈ ਦੋ ਪਾਰਟੀਆਂ ਦਾ ਹੈ, ਜਿਹੜੇ ਮੁੱਦੇ ਗਾਇਬ ਹੋਏ ਆ। ਪਹਿਲੀ ਗੱਲ ਤਾਂ ਮੈਂ 100% ਸਹਿਮਤ ਹਾਂ ਜੋ ਮਾਲੀ ਸਾਹਿਬ ਨੇ ਕਿਹਾ ਜਾਂ ਤਰਲੋਚਨ ਸਿੰਘ ਜੀ ਨੇ ਕਿਹਾ ਜਾਂ ਜੋ ਤੁਸੀਂ ਕਹਿ ਰਹੇ ਹੋ, ਮੁੱਦੇ ਬਿਲਕੁਲ ਗਾਇਬ ਹੋ ਗਏ ਆ ਜਾਂ ਦੱਬ ਦਿੱਤੇ ਗਏ ਆ ਜਾਂ ਦਬਾ ਦਿੱਤੇ ਗਏ ਆ। ਵਾਕਈ ਰਗੜ ਕੇ ਰੱਖਤਾ ਆ ਕੇਂਦਰ ਸਰਕਾਰਾਂ ਨੇ, ਜਿਹਦੇ ਵਿੱਚ ਸਭ ਤੋਂ ਵੱਡਾ ਰੋਲ ਹੈਗਾ ਕਾਂਗਰਸ ਸਰਕਾਰ ਦਾ। ਅਤੇ ਔਰ ਮੈਨੂੰ ਇਹ ਮੰਨਣ 'ਚ ਵੀ ਕੋਈ ਹਰਜ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ, ਇੱਕ ਮਹਿਜ ਖੇਤਰੀ ਪਾਰਟੀ ਹੈ ਪੰਜਾਬ ਦੀ, ਜਿਹਨੇ ਸਭ ਤੋਂ ਵੱਧ ਖੇਤਰੀ ਮੁੱਦੇ ਉਠਾਏ ਔਰ ਬੜੇ ਸਕਸੈਸਫੁਲ ਸੰਘਰਸ਼ ਲੜੇ ਆ, ਪਰ ਅਲਟੀਮੇਟਲੀ ਹੌਲੀ 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 ਹੌਲੀ
ये पावर वालू जाते गए और जदों श्रोमणी अकाली दल की पावर आई आ उदों ही यह जिहड़े आ मुद्दे ठंडे बस्ते विच रखते सीगे ते उस तो बाद उन्होंने उठाते वोटा लैन लिये फिर उन्होंने मुद्दे छड्ड दिंदे सीगे केंद्र नाल भाईवाली केंद्र नूं नाराज नहीं सी करना चाहते केंद्र बिल्कुल राज्यां नूं अधिकार देण दी गल जां उन्हां दे बणदे हक भी देण नहीं सी चाहते ते दूसरी अल्टीमेटली जदों श्रोमणी अकाली दल ने भाजपा नाल गठजोड़ कर लिया फिर तां इक तरह नाल इन्हां दा पक्का ही हो गया जे अकाली दल इन्हां मुद्दयां नूं छड्ड गए सी तुसीं मुद्दे चक लैंदे तुसीं भी नहीं चके तुसीं पिछली वारी केजरीवाल साहब एसवाईएल ते वखरा वखरा स्टैंड लै रहे सी चंडीगढ़ कुछ होर हरियाणा कुछ होर दिल्ली कुछ होर एफिडेविट कुछ होर वकील कुछ होर आ फिर पंडण वाली गल है साडा पंजाब दा मैनीफेस्टो देखो तुसीं मैनीफेस्टो दे विच पंजाब दे पाणियां चों पंजाब चों एक भी बूंद बाहर नहीं जाएगा असीं उसे गल ते खड़े हां जे असीं किसे गल तों थिड़कांगे तां करो गल कैप्टन अमरिंदर सिंह हुणां ने चांदी दी कही भेंट कीती उहदे नाल टक लाया बादल साहब ने अपना चैक रिसीव किया नहर पट्टी जमीन का जो मुआवजा से प्राप्त किया होर किया एवं साढ़े असं ना पावर चाहे हाँ ना असी कोई गलती की साढ़े एवं ना ना दोष लाओ मैं तो थोड़ा ये गल कहना चाहना हाँ भाई अंतरराष्ट्रीय कानून भी लॉ ऑफ नेचुरल जस्टिस भी सारा कुछ क्लीयर है और केंद्र कभी मुकरिया भी नहीं है ईवन डेट तय हो गई सी बरनाला सरकार वेले कि 26 जनवरी चंडीगढ़ पंजाब नूं तब्दील करता जाऊगा नहीं किया गया शरेआम धोखाधड़ी है जिहड़ी माली साहब ने गल कीती आ उपर रगड़िया आ जिन्ना कांग्रेस पार्टी ने पंजाब का नुकसान किया आ फिर भी इत्थे इहनां दा राज आई जांदा ਉਹਦਾ ਕਾਰਨ ਇਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਵੀ ਅੰਦਰ ਖਾਤੇ ਬਾਦਲਾਂ ਨੇ ਸਮਝੌਤਾ ਕਰ ਲਿਆ ਕੇਂਦਰ ਸਰਕਾਰ ਨਾਲ ਪੰਜਾਬ ਚ ਰਾਜ ਸਾਡਾ ਜੇ ਜਿਹੜਾ ਤੁਸੀਂ ਕਹੋਗੇ ਅਸੀਂ ਤੁਹਾਡੇ ਏਜੰਡੇ ਨੂੰ ਅਨਫੀਸ਼ੀਅਲੀ ਮੰਨਾਂਗੇ ਬਹੁਤ ਧੋਖਾ ਹੋਇਆ ਪੰਜਾਬ ਨਾਲ ਪੰਜਾਬੀਆਂ ਨੇ ਪੰਜਾਬ ਨਾਲ ਧੋਖਾ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਥੱਲੇ ਠੀਕ ਹੈ ਸੰਗੜਾ ਸਾਹਿਬ ਤੁਹਾਡਾ ਪੁਆਇੰਟ ਆ ਗਿਆ ਤਰੋਜ ਸਿੰਘ ਜੀ ਇੱਕ ਮਾਲੀ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਬਹੁਤ ਕੰਗਾਲੀ ਵਾਰ ਵਾਧੇ ਪਏ ਸਾਰੇ ਵਰਕ ਉਹਦੇ ਵਿੱਚ ਮੀਡੀਆ ਨੂੰ ਵੀ ਇਹਨਾਂ ਨੇ ਸ਼ਾਮਿਲ ਕੀਤਾ ਹੈਗਾ ਤਰੋਜ ਸਿੰਘ ਜੀ ਬਹੁਤ ਕੰਗਾਲੀ ਕੀ ਹੁੰਦੀ ਆ ਅਸੀਂ ਵਾਰ ਵਾਰ ਮੰਗ ਕਰਦੇ ਹਾਂ ਕਿ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਣਾ ਚਾਹੀਦਾ ਅਤੇ ਇੱਕ ਬਹੁਤ ਗੰਗਾਲੀ ਇਹ ਵੀ ਹੈਗੀ ਆ ਕਿ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਕਹਿੰਦੇ ਪੰਜਾਬ ਨੂੰ ਚੰਡੀਗੜ੍ਹ ਮਿਲ ਗਿਆ ਚੰਡੀਗੜ੍ਹ ਜਿਹੜਾ ਸੋਹਣਾ ਹੈਗਾ ਉਹ ਖਰਾਬ ਹੋ ਜੂਗਾ ਇਸ ਵਿੱਚ ਅਸੀਂ ਕਿੱਥੇ ਖੜੇ ਹਾਂ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਨਹੀਂ ਮਿਲਣਾ ਚਾਹੀਦਾ 47 ਤੋਂ ਬਾਅਦ ਜਦੋਂ ਵੰਡ ਹੋਈ ਆ 47 ਦੇ ਵਿੱਚ ਪੰਜਾਬ ਵੰਡਿਆ ਗਿਆ ਸਹੀ ਮਾਇਨੇ ਦੇ ਵਿੱਚ ਪੰਜਾਬ ਵੰਡਿਆ ਗਿਆ 66 ਦੇ ਵਿੱਚ ਪੰਜਾਬ ਫਿਰ ਵੰਡਿਆ ਗਿਆ ਕਈ ਸੂਬੇ ਬਣ ਗਏ ਪੰਜਾਬ 'ਚੋਂ ਰਾਜਧਾਨੀਆਂ ਬਣ ਗਈਆਂ ਪੰਜਾਬ ਨੂੰ ਅੱਜ ਤੱਕ ਰਾਜਧਾਨੀ ਨਹੀਂ ਮਿਲੀ ਲੋਚਕ ਸਿੰਘ ਕਿਉਂ ਨਹੀਂ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਕਾਰਨ ਕੀ ਹੈ ਜਦੋਂ ਚੰਡੀਗੜ੍ਹ ਬਣਾਇਆ ਹੀ ਪੰਜਾਬ ਦੀ ਰਾਜਧਾਨੀ ਵਜੋਂ ਸੀ ਕਿਉਂ ਨਹੀਂ ਮਿਲਣਾ ਚਾਹੀਦਾ ਇਹ ਬਾਲੀ ਸਾਹਿਬ ਦੀ ਜਿਹੜੀ ਗੱਲ ਆ ਸਿਆਸੀ ਤੌਰ 'ਤੇ ਸਾਡੇ ਲੀਡਰਾਂ ਦੀ ਜਿਹੜੀ ਬੁੱਧ ਕੰਗਾਲੀ ਆ ਉਹਦਾ ਸਿੱਟਾ ਆ ਮੈਂ ਤੱਥਾਂ ਦੇ ਆਧਾਰ 'ਤੇ ਗੱਲ ਕਰਾਂਗਾ ਔਰ ਸ਼ਰਮ ਵੀ ਆਉਂਦੀ ਕਈ ਵਾਰੀ ਵੀ ਯਾਰ ਆਪਾਂ ਇੱਥੋਂ ਤੱਕ ਡਿੱਗ ਗਏ ਕੇ ਪੀ ਜੀ ਅਕਾਲੀ ਦਲ ਅਤੇ ਬੀ ਜੇ ਪੀ ਦਾ ਗੱਠਜੋੜ ਹੈ ਠੀਕ ਹੈ ਜੀ ਪਤਾ ਹੀ ਆ ਸਾਰਿਆਂ ਨੂੰ ਚੰਡੀਗੜ੍ਹ 'ਚ ਜਿੰਨੇ ਵੀ ਬੀ ਜੇ ਪੀ ਦੇ ਉਮੀਦਵਾਰ ਇਲੈਕਸ਼ਨ ਲੜਦੇ ਨੇ ਉਹਨਾਂ ਦਾ ਇੱਕੋ ਇੱਕ ਏਜੰਡਾ ਹੁੰਦਾ ਵੀ ਚੰਡੀਗੜ੍ਹ ਯੂਨੀਅਨ ਟੈਰੀਟਰੀ ਰਹਿਣਾ ਚਾਹੀਦਾ ਇਹ ਪੰਜਾਬ ਨੂੰ ਨਹੀਂ ਮਿਲਣਾ ਚਾਹੀਦਾ ਇਹ ਜੇ ਪੰਜਾਬ ਨੂੰ ਦਿੱਤਾ ਤਾਂ ਡਟ ਕੇ ਵਿਰੋਧ ਕਰਾਂਗੇ ਫਾਰ ਐਗਜ਼ਾਮਪਲ ਹੁਣ ਕਿਰਨ ਖੇਰ ਜੀ ਨੇ ਹੁਣ ਇਹਨਾਂ ਦੀ ਹਮਾਇਤ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਪ੍ਰਚਾਰ ਕਰਨ ਆ ਸਕਦੇ ਆ ਇਹਨਾਂ ਦੀ ਹਮਾਇਤ ਵਿੱਚ ਸੁਖਬੀਰ ਸਿੰਘ ਬਾਦਲ ਵੀ ਪ੍ਰਚਾਰ ਕਰਨ ਆ ਸਕਦੇ ਆ ਔਰ ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਦੀਪ ਸਿੰਘ ਬਟੇਲਾ ਦੇ ਪ੍ਰਚਾਰ ਕਰਦੇ ਪਰਛਾਵੇਂ ਵਾਂਗ ਕਿਰਨ ਖੇਰ ਦੇ ਨਾਲ ਜਾ ਕੇ ਵੋਟਾਂ ਮੰਗਦੇ ਨੇ ਤੁਸੀਂ ਦੱਸੋ ਇਹ ਬੁੱਧ ਕੰਗਾਲੀ ਨਹੀਂ ਤਾਂ ਹੋਰ ਕੀ ਹੈ ਉੱਥੇ ਬੈਠੇ ਹੁਣ ਪ੍ਰਕਾਸ਼ ਸਿੰਘ ਬਾਦਲ ਜਾਂ ਅਕਾਲੀ ਦਲ ਦਾ ਪ੍ਰਧਾਨ ਬੈਠਾ ਹੋਵੇ ਅਤੇ ਕਿਰਨ ਖੇਰ ਕਹਿੰਦੀ ਹੋਵੇ ਮੈਂ ਡਿਊਟੀ ਚੰਡੀਗੜ੍ਹ ਨੂੰ ਡਿਊਟੀ ਰੱਖਾਂਗੀ ਪੰਜਾਬ ਨੂੰ ਨਹੀਂ ਜਾਣ ਦੇਵਾਂਗੀ ਅਤੇ ਉਸੇ ਸਟੇਜ 'ਤੇ ਅਕਾਲੀ ਦਲ ਦਾ ਪ੍ਰਧਾਨ ਕਹੇ ਬੀਬੀ ਕਿਰਨ ਖੇਰ ਨੂੰ ਵੋਟ ਪਾਓ ਦੂਸਰੇ ਪਾਸੇ ਆ ਜਾਓ ਪਵਨ ਕੁਮਾਰ ਬਾਂਸਲ ਕਾਂਗਰਸ ਦੇ ਉਮੀਦਵਾਰ ਨੇ ਚੰਡੀਗੜ੍ਹ ਤੋਂ ਅੱਜ ਵੀ ਉਹਨਾਂ ਡਟ ਕੇ ਕਿਹਾ ਵੀ ਚੰਡੀਗੜ੍ਹ ਯੂਨੀਅਨ ਟੈਰੀਟਰੀ ਰਹਿਣਾ ਚਾਹੀਦਾ ਮੈਂ ਇਹਦੇ 'ਤੇ ਪਹਿਰਾ ਦਊਂਗਾ ਇੱਧਰ ਉੱਧਰ ਨਹੀਂ ਜਾਣ ਦਊਂਗਾ ਅਤੇ ਕੱਲ੍ਹ ਨੂੰ ਕੈਪਟਨ ਅਮਰਿੰਦਰ ਸਿੰਘ ਹੋਣੀ ਅਤੇ 2 ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਜਿਹੜਾ ਪੰਜਾਬ ਦਾ ਮੰਤਰੀ ਹੈ ਉਹ ਪਵਨ ਕੁਮਾਰ ਬਾਂਸਲ ਲਈ ਵੋਟ ਮੰਗ ਕੇ ਗਿਆ ਇਸ ਬਿਨਾਹ 'ਤੇ ਮੰਗ ਕੇ ਗਿਆ ਵੀ ਪਵਨ ਬਾਂਸਲ ਉੱਥੇ ਕਹਿ ਰਿਹਾ ਸੀ ਡਿਊਟੀ ਰੱਖਣਾ ਅਤੇ ਨਵਜੋਤ ਸਿੰਘ ਸਿੱਧੂ ਦਾ ਅਰਥ ਹੈ ਪੰਜਾਬ ਸਰਕਾਰ ਕਾਂਗਰਸ ਵੋਟ ਮੰਗ ਰਹੀ ਹੈ ਕਿੱਥੇ ਹੈ ਬੁੱਧ ਕੰਗਾਲੀ ਹੈ ਨਾ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਮੂਰਖ ਬਣਾਉਂਦੇ ਨੇ ਲੋਕਾਂ ਨੂੰ ਉੱਥੇ ਜਾ ਕੇ ਤੁਸੀਂ ਗੱਠਜੋੜ ਸਿਰਫ ਇਸੇ ਲਈ ਕੀਤਾ ਵੀ ਆਪਣੇ ਸਾਰੇ ਕਾਇਦੇ ਕਾਨੂੰਨ ਛੱਡ ਕੇ ਸਿਰਫ ਇੱਕ ਸੀਟ ਹੀ ਜਿੱਤਣੀ ਹੈ ਜਦੋਂ ਤੁਸੀਂ
अंकड़े आधार से सियासत करनी है तो तहूँ बुद्ध कंगाली कहे ना होर की बिल्कुल बिल्कुल ठीक है माली साहब जो वार बार गल होंगी पंजाब गैर हाजिर है सारे सियासी पार्टिया के प्रचार के दावे के सवाल यह भी है इन्होंने पवन कुमार बांसल की एग्जाम्पल दी नवजोत सिंह सिद्धू की एग्जाम्पल दी है कैप्टन अमरिंदर सिंह बारे कहा श्रोमणी अकाली दल बारे कहा मैं भी गल कहूँगा श्रोमणी अकाली दल जो हरियाणा जाके रैलियां करता सीगा उदों मुद्दे भुल गया बिल्कुल ठीक नहीं आपां जिहड़ी पहलां भी गल कीती है ना जी देखो पंजाब आ जिहड़ा आम तौर पर सारियां सियासी पार्टियां चाहे वह देश दे विच ने चाहे वह पंजाब दे विच ने वो देश की हालत देश के दे मुद्दे समझने की गल करके उन्होंने हल करके उस राह पर कोई भी नहीं जा रही मोदी आ जिहड़ा वो सर्जिकल स्ट्राइक के आसरे तो फौज के आसरे वोटां लैण नूं फिरदा बाकी ने जिहड़े वो कहिंदे असीं संविधान बचाउणा असीं मतलब जिहड़ी आ फिरकूवाद उभर रहा असीं उहनूं करना मुद्दे कित्थे ने जी एक दूजे की आलोचना लई कीता तुसीं पंजाब देखो जी पंजाब च इन्ना जुल्म ढाया सब नूं पता असीं तां हड्डी हंडाया ना जी 25,000 मुंडे प्लैनिंग दे नाल फड़ के घरां चों मारते लावार शलाशां करार देतियां उन्हां नूं भाल दा जसवंत सिंह खालड़ा जिहड़ा श्रोमणी अकाली दल दे मनुखी अधिकार विंग दा चेयरमैन सी एक लावार शलाश उह बणाता तुसीं 97 दा मैनीफेस्टो देखो अकाली दल दा सब तो वड्डा नारा की सी भी असीं पंजाब च जो हिंसक माहौल पैदा होया इहदी जांच लई उच्च पद्धरा कमिशन बनावांगे कारणां दी निशानदेही करांगे दोषियों नूं कटहरे च खड़े करांगे ट्रुथ कमिशन दी गल वी हो रही सी नाल कहां की होया हरदेव अरशी ने विधानसभा च पुछिया 3 साल बाद बादल साहब नूं बादल साहब आपां इक आ कम करना सी छड्डो जी बीते ते पाओ मिट्टी दब्बे मुरदियां चों की निकलना तुसीं इह दिखो दिल्ली दंगियां दे विच 3500 मरे ने ना जी नशल कुशी च ਉਹਨੂੰ ਅਸੀਂ ਹਰ ਵਾਰ ਮੁੱਦਾ ਬਣਾਉਂਦੇ ਹਾਂ ਅਸੀਂ ਵਿਧਵਾਵਾਂ ਨੂੰ ਵੀ ਚਿੱਟੀਆਂ ਚੁੰਨੀਆਂ ਲੈ ਕੇ ਆਉਂਦੇ ਹਾਂ ਪਰ ਜਿਹੜਾ 25,000 ਇੱਥੇ ਆ ਉਹਦਾ ਗੱਲ ਕਿਉਂ ਨਹੀਂ ਕਰਦੇ ਘਰਾਂ ਦਾ ਜਿਹੜਾ ਕਾਂਡ ਕੀਤਾ ਗਿਆ ਦੂਜੀ ਗੱਲ ਤੁਸੀਂ ਜਿੰਨੇ ਸ਼ਿਕਾਰੀ ਪੁਲਿਸ ਅਫਸਰ ਸੀ ਇਜ਼ਹਾਰ ਆਲਮ ਨੂੰ ਆਪਦਾ ਮੀਤ ਪ੍ਰਧਾਨ ਬਣਾ ਲਿਆ ਉਹਦੀ ਘਰਵਾਲੀ ਨੂੰ MLA ਬਣਾਤਾ ਮੁਹੰਮਦ ਮੁਸਤਫਾ ਦੀ ਘਰਵਾਲੀ ਨੂੰ ਕਾਂਗਰਸ ਨੇ ਬਣਾ ਲਿਆ ਤੇ ਉਹ ਇਹਨਾਂ ਦਾ ਪੂਰਾ ਸੈਣੀ ਨੂੰ ਇਹਨਾਂ ਨੇ ਇਦੋਂ ਵੱਡੀ ਗੱਲ ਹੋਰ ਦੇਖੋ ਜਿਹੜੇ ਪੁਲਿਸ ਅਫਸਰਾਂ ਨੇ ਖਾਲੜਾ ਮਾਰਿਆ ਸੀ ਬਾਦਲ ਨੇ ਆ ਕੇ ਇਹ ਫੈਸਲਾ ਕੀਤਾ ਪਹਿਲਾਂ ਇਹ ਸੀ ਵੀ ਜੇ ਪੁਲਿਸ ਵਾਲਾ ਕੋਈ ਗੈਰ ਕਾਨੂੰਨੀ ਕੰਮ ਕਰਦਾ ਕੇਸ ਆਪਦਾ ਆਪ ਲੜਦਾ ਇਹਨਾਂ ਨੇ ਫੈਸਲਾ ਕੀਤਾ ਪੁਲਿਸ ਵਾਲਿਆਂ ਦੇ ਸਾਰੇ ਕੇਸ ਸਰਕਾਰੀ ਖਰਚੇ ਤੇ ਲੜੇ ਜਾਣਗੇ ਸੰਵਿਧਾਨ ਦੀ ਗੱਲ ਕਰਦੇ ਹੋ ਤੁਸੀਂ ਮੈਂ ਕਹਿਣਾ ਪੰਜਾਬ ਮੰਗ ਕਿਹੜੀ ਪੰਜਾਬ ਕਹਿੰਦਾ ਵੀ ਯਾਰ ਸੰਵਿਧਾਨ ਦੇ ਅਨੁਸਾਰ ਜਿਵੇਂ ਸਾਰੇ ਸੂਬੇ ਬਣਾਏ ਸੀ ਜਿਵੇਂ ਉੱਥੇ ਪਾਣੀਆਂ ਦੀ ਵੰਡ ਕੀਤੀ ਆ ਰਾਜਧਾਨੀ ਕੀਤੀ ਆ ਸਾਡੀ ਉਸ ਤਰ੍ਹਾਂ ਕਰ ਦਿਓ ਪੰਜਾਬ ਕੋਈ ਵੱਖਰੀ ਗੱਲ ਨਹੀਂ ਮੰਗ ਰਿਹਾ ਉਹ ਕਹਿੰਦੇ ਸਾਰੇ ਦੇਸ਼ ਦੇ ਵਿੱਚ ਜਿਵੇਂ ਤੁਸੀਂ ਸੰਵਿਧਾਨ ਲਾਗੂ ਕੀਤਾ ਉਹ ਪੰਜਾਬ 'ਚ ਲਾਗੂ ਕਰ ਦਿਓ ਉਹ ਕਿਸ ਨੇ ਲਾਗੂ ਕੀਤਾ ਅਮਰਿੰਦਰ ਸਿੰਘ ਆ ਹੁਣ ਤੁਸੀਂ ਇੱਕ ਮਿੰਟ ਮੈਨੂੰ ਹੋਰ ਗੱਲ ਕਰ ਦਿਓ ਪਾਣੀਆਂ ਦਾ ਰਾਖਾ ਇੱਕ ਸਵਾਲ ਉਹਨੇ ਉਭਾਰਤਾ ਵੀ ਪੰਜਾਬ ਦਾ ਮਾਲਕ ਪਾਣੀਆਂ ਦਾ ਪੰਜਾਬ ਆ ਪਰ ਨਾਲ ਧਾਰਾ ਕਹਿਤਾ ਵੀ ਪਾਣੀ ਜਾਂਦਾ ਰਹੂਗਾ ਪਾਣੀ ਜਾਂਦਾ ਰਹੂ ਫਿਰ ਮਾਲਕੀ ਤੁਸੀਂ ਕੀ ਕਰਾਉਣਾ ਜੀ ਪੰਜਾਬ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਹੋਇਆ ਸਰਬਸੰਮਤੀ ਨਾਲ ਵੀ ਪੰਜਾਬ ਦਾ ਪਾਣੀ ਆ ਅਸੀਂ ਇਹਦੀ ਕੀਮਤ ਵਸੂਲਾਂਗੇ ਅਸੀਂ ਸਰਕਾਰ ਨੂੰ ਹਦਾਇਤ ਕਰਦੇ ਹਾਂ ਜੀ ਕੀਮਤ ਵਸੂਲੋ ਆਹ ਅਕਾਲੀ ਬੈਠੇ ਨੇ ਕਾਂਗਰਸੀ ਬੈਠੇ ਨੇ ਮੁਟਕੀ ਮਾਰ ਕੇ ਬਹਿ ਕੇ ਗੱਲੇ ਨਹੀਂ ਤੋਰਦੇ ਗਾਹਾਂ ਕਿਸੇ ਨਹੀਂ ਕੀਮਤ ਵਸੂਲੀ ਵਾਲਾ ਮੁੱਦਾ ਤੁਹਾਨੂੰ ਸਹੀ ਲੱਗਦਾ ਪਿਆ ਕੀਮਤ ਵਸੂਲੀ ਹੋ ਸਕਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਜਦੋਂ ਨਹੀਂ ਹੋ ਸਕਦੀ ਹੈ ਹੋ ਵਾਇਬਲ ਹੈ ਜਾਂ ਸਿਰਫ ਸਿਆਸੀ ਮੁੱਦਾ ਵੀ ਐਵੇਂ ਜਨਤਾ ਦੇ ਵਿੱਚ ਉਛਾਲਤਾ ਜੀ ਸਾਡਾ NMF ਪਾਣੀ ਹੈਗਾ ਜੀ ਸਾਨੂੰ ਰਾਜਸਥਾਨ ਤੋਂ ਇੰਨਾ ਚਾਹੀਦਾ ਉਹ ਚਾਹੀਦਾ ਬਿਲਕੁਲ ਹੈ ਹੁੰਦਾ ਲੌਜੀਕਲ ਹੈ ਬਿਲਕੁਲ ਪਹਿਲੀ ਗੱਲ ਇਤਿਹਾਸ ਦੇਖੋ ਪੰਜਾਬ ਨੂੰ ਪਟਿਆਲਾ ਸਟੇਟ ਆ ਜਿਹੜੀ ਪਾਣੀ ਦਾ ਮੁੱਲ ਦਿੰਦੀ ਰਹੀ ਪੰਜਾਬ ਨੂੰ ਅੰਗਰੇਜ਼ਾਂ ਦੇ ਰਾਜ ਵਾਲੇ ਰਾਜਸਥਾਨ ਪਾਣੀ ਦਾ ਮੁੱਲ ਦਿੰਦਾ ਰਿਹਾ ਜਦੋਂ ਤੁਸੀਂ ਆਪਦੀ ਮਾਲਕੀ ਸਥਾਪਿਤ ਕਰਦੇ ਹੋ ਵੀ ਪਾਣੀ ਸਾਡਾ ਫਿਰ ਜੇ ਤੁਸੀਂ ਕੋਲੇ ਦਾ ਮੁੱਲ ਦਿੰਦੇ ਹੋ ਜੀ ਜੇ ਸੰਗਮਰਮਰ ਦਾ ਮੁੱਲ ਦਿੰਦੇ ਹੋ ਜੀ ਪਾਣੀ ਦਾ ਮੁੱਲ ਕਿਉਂ ਨਹੀਂ ਲੈ ਸਕਦੇ ਕਿਉਂਕਿ ਸੰਵਿਧਾਨਕ ਤੌਰ ਤੇ ਸਾਡੇ ਹਿਮਾਚਲ ਸਾਡੇ ਤੋਂ ਮੰਗਦਾ ਪਿਆ ਫਿਰ ਹਿਮਾਚਲ ਸਾਡੇ ਤੋਂ ਮੰਗਦਾ ਨਾ ਨਾ ਹਿਮਾਚਲ ਦੇਖੋ ਸਾਡੇ ਤੋਂ ਨਹੀਂ ਮੰਗਦਾ ਹਿਮਾਚਲ ਨੂੰ ਹੱਕ ਆ ਹਿਮਾਚਲ ਨੂੰ ਸਾਡੀ ਬਿਜਲੀ ਤੋਂ ਵੀ ਹੱਕ ਆ ਹਿਮਾਚਲ ਨੂੰ ਜੋ ਕਿਉਂਕਿ ਉਹ ਦੇਖੋ ਰਿਪੇਰੀ ਲਾ ਕੀ ਆ ਤੁਸੀਂ ਪਾਣੀ ਦਾ ਕੁਦਰਤੀ ਬਹਿਣ ਨਹੀਂ ਰੋਕ ਸਕਦੇ ਹਿਮਾਚਲ ਪਾਣੀ ਨਹੀਂ ਰੋਕ ਸਕਦਾ ਸਾਰਾ ਪਾਣੀ ਹਿਮਾਚਲ ਦਾ ਨਹੀਂ ਨਾ ਚੀਨ ਦਾ ਨਾ ਜੰਮੂ ਕਸ਼ਮੀਰ ਦਾ ਨੇਚਰਲ ਜੋ ਵਹਾਅ ਉਹਦੇ ਕਰਕੇ ਆਉਂਦਾ ਉਹ ਰਿਪੇਰੀ ਲਾ ਮੁਤਾਬਕ ਉਹ ਸਾਰੀ ਮਾਲਕੀ ਤੈਅ ਕੀਤਾ ਹੋਇਆ ਮੈਂ ਛੋਟਾ ਬ੍ਰੇਕ ਲੈਣਾ ਮੈਂ ਕੋਸ਼ਿਸ਼ ਕਰ ਰਿਹਾ ਕਿ ਅਸੀਂ ਸਾਰੇ ਮੁੱਦਿਆਂ ਤੇ ਥੋੜੀ ਥੋੜੀ ਚਰਚਾ ਸ਼ੁਰੂ ਕਰੀਏ ਸਵਾਲ ਇੱਕੋ ਹੀ ਹੈ ਕੌਣ ਪੁੱਛੇਗਾ ਪੰਜਾਬ ਦੇ ਸਵਾਲ ਸਾਰੇ ਆਪਦੇ ਦੇ ਸਵਾਲ ਪੁੱਛਦੇ ਪਏ ਆ ਚਿਹਰਿਆਂ ਦੀ ਸਿਆਸਤ ਹੋ ਰਹੀ ਹੈ ਮੁੱਦਿਆਂ ਦੀ ਸਿਆਸਤ ਹੋਰ ਨਹੀਂ ਰਹੀ ਰਾਸ਼ਟਰਵਾਦ ਦੀ ਗੱਲ ਹੋ ਰਹੀ ਹੈ ਜਾਂ ਰਾਸ਼ਟਰਵਾਦ ਅਸਲ ਹੈਗਾ ਜਿਹੜੇ ਸਾਡੇ ਹੱਕ ਹੈਗੇ ਆ ਉਹ ਸਾਨੂੰ ਜਦੋਂ ਤੱਕ ਨਹੀਂ ਮਿਲਣਗੇ ਅਸੀਂ ਰਾਸ਼ਟਰਵਾਦ ਦੇ ਨਾਰੇ ਕਿਵੇਂ ਲਾਵਾਂਗੇ ਫਿਰ ਤੋਂ ਵਾਪਸ ਆ ਰਹੇ ਹਾਂ
ਅਸੀਂ ਸਵਾਲ ਇੱਕੋ ਪੁੱਛ ਰਹੇ ਹਾਂ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਲੋਕ ਸਭਾ ਚੋਣਾਂ ਦੇ ਰੋਲੇ ਵਾਲੀ ਰਾਜਨੀਤੀ 'ਚੋਂ ਪੰਜਾਬ ਦੇ ਮੁੱਦੇ ਆਊਟ ਕਿਉਂ? ਤਾਰਨੀ ਸਾਹਿਬ, ਸਾਰੀਆਂ ਉਂਗਲਾਂ ਤੁਹਾਡੇ ਵੱਲ ਹੀ ਆ ਰਹੀਆਂ, ਕਿਉਂਕਿ ਤੁਸੀਂ ਜੇ ਉਂਗਲਾਂ ਵੀ ਆ ਰਹੀਆਂ ਨਾਲ ਤੁਹਾਡੀ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ ਕਿ ਤੁਸੀਂ ਕਈ ਮੋਰਚੇ ਵੀ ਲਾਏ, ਕਈ ਮੁੱਦੇ ਹੱਲ ਵੀ ਕਰਵਾਏ ਆ, ਪਰ ਉਹਨਾਂ ਮੁੱਦਿਆਂ ਤੋਂ ਅਕਾਲੀ ਦਲ ਅੱਜ ਮੂੰਹ ਕਿਉਂ ਮੋੜਦਾ ਪਿਆ? ਸਿਰਫ ਉੱਥੇ ਇੱਕ ਸੀਟ ਚਾਹੀਦੀ ਹੈ ਕੈਬਨਿਟ ਦੀ? ਨਹੀਂ ਨਹੀਂ, ਬਿਲਕੁਲ ਨਹੀਂ, ਇਸ ਤਰ੍ਹਾਂ ਦੀ ਗੱਲ ਹੈ ਜਾਂ ਕੇਂਦਰ ਦੀ ਪਾਵਰ ਚਾਹੀਦੀ ਹੈ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਬੜਾ ਧੰਨਵਾਦੀ ਹਾਂ ਕਿ ਸਾਰੇ ਇਸ ਗੱਲ ਨੂੰ ਸਮਝਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੇ ਉੱਤੇ ਲੜਾਈ ਲੜੀ ਔਰ ਲੜਾਈ ਲੜਦਾ ਰਹੂਗਾ, ਪੰਜਾਬ ਦੇ ਪਾਣੀਆਂ ਦੀ ਹੋਵੇ ਚਾਹੇ ਚਾਹੇ ਚੰਡੀਗੜ੍ਹ ਲੜਦਾ ਰਹੂਗਾ। ਨਹੀਂ, ਕਿਸੇ ਨੇ ਕਿਹਾ ਲੜਦਾ ਰਹੂਗਾ? ਨਹੀਂ, ਤਾਂ ਸਵਾਲ ਹੈਗਾ ਨਾ ਤੁਹਾਡੇ ਤੇ। ਦੇਖੋ, ਨਹੀਂ ਦੇਖੋ, ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਪੋਕਸਮੈਨ ਹੋਣ ਦੇ ਨਾਤੇ ਬੋਲ ਰਿਹਾ ਕਿ ਲੜਦਾ ਰਹੂਗਾ, ਪਰ ਮੈਂ ਤੁਹਾਨੂੰ ਇਹ ਦੱਸਿਆ ਕਿ ਦੇਖੋ, ਇੱਕ ਤਾਂ ਸਭ ਤੋਂ ਵੱਡੀ ਤ੍ਰਾਸਦੀ ਇਹ ਹੋਈ ਕਿ ਪਿਛਲੇ ਟਾਈਮ ਦੇ ਵਿੱਚ ਮੁੱਦਿਆਂ ਤੋਂ ਭਟਕਿਆ। ਕਿਉਂ ਭਟਕਿਆ, ਕਾਰਨ ਕੀ ਸੀ? ਔਰ ਸਿਰਫ ਇਹੀ ਸੀ ਕਿ ਜਿਵੇਂ ਬਰਗਾੜੀ ਦਾ ਮੁੱਦਾ ਭਾਰੂ ਹੋ ਗਿਆ ਜਾਂ ਬੇਅਦਬੀ, ਹਰਿਆਣੇ ਤੁਹਾਨੂੰ ਬਰਗਾੜੀ ਨੇ ਤਾਂ ਰੋਕਿਆ ਸੀਗਾ, ਹਰਿਆਣੇ ਤੁਸੀਂ ਇੰਨੀਆਂ ਰੈਲੀਆਂ ਕੀਤੀਆਂ, ਉਹ ਪੋਲੀਟਿਕਲ ਪ੍ਰੈਸ਼ਰ ਲਈ ਸੀ, ਉਦੋਂ ਕਦੋਂ ਮੁੱਦੇ ਛੱਡਤੇ ਤੁਸੀਂ? ਉਹ ਤੁਸੀਂ ਗੱਲ ਹੀ ਨਹੀਂ ਕੀਤੀ ਜਾ ਕੇ। ਨਹੀਂ ਦੇਖੋ, ਗੱਲ ਇਹ ਹੈ, ਮੈਂ ਤੁਹਾਨੂੰ ਉਹੀ ਗੱਲ ਕਰਦਾ ਨਾ, ਮੈਂ ਪਹਿਲਾਂ ਵੀ ਇਹੀ ਗੱਲ ਕਰੀ ਵੀ ਕਈ ਵਾਰ ਧਾਰਨੀ ਸਾਹਿਬ ਮੈਨੂੰ ਇੱਕ ਸਿੰਪਲ ਜਿਹਾ ਜਵਾਬ ਦੇ, ਤੁਸੀਂ ਮੈਨੀਫੈਸਟੋ ਤੁਹਾਡਾ ਆਉਣਾ, ਉਸ ਮੈਨੀਫੈਸਟੋ ਵਿੱਚ ਇਹ ਮੁੱਦੇ ਸਾਰੇ ਸ਼ਾਮਲ ਹੋਣਗੇ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ? ਬਿਲਕੁਲ, ਦੇਖੋ ਗੱਲ ਇਹ ਹੈ ਵੀ ਮੈਨੀਫੈਸਟੋ ਆ, ਮੇਰਾ ਖਿਆਲ ਹੈ ਵੀ 1-2 ਦਿਨ ਦੇ ਵਿੱਚ ਤਿਆਰ ਆ ਹੋ ਜਾਊਗਾ ਔਰ ਤੁਹਾਡੇ ਸਾਹਮਣੇ ਆ ਜਾਊਗਾ। ਸਵੈਦ ਸਾਹਿਬ, ਤੁਹਾਡੇ ਤੋਂ ਤਾਂ ਕਹਿੰਦੇ ਉਮੀਦ ਨਾ ਕਰੀਏ, ਕਾਂਗਰਸ ਕੌਮੀ ਪਾਰਟੀ ਆ, ਫੈਸਲੇ ਹਾਈਕਮਾਨ ਨੇ ਕਰਨੇ ਆ, ਉੱਥੇ ਆਵਾਜ਼ ਹੀ ਨਹੀਂ ਚੁੱਕ ਸਕਦੇ ਪੰਜਾਬ ਦੀ? ਨਹੀਂ, ਐਸੀ ਗੱਲ ਨਹੀਂ ਹੈ ਜੀ, ਅਸੀਂ ਪਾਰਟੀ ਦੇ ਜਿਹੜੇ ਵਿਧਨ ਅੰਦਰੂਨੀ ਤੌਰ 'ਤੇ ਜਿਹੜੇ ਹੈਗੇ ਆ, ਜ਼ਾਹਰਾ ਤੌਰ 'ਤੇ ਵੀ ਦੇਖੋ, ਜਿੱਥੋਂ ਤੱਕ ਪਾਣੀ ਦਾ ਸਵਾਲ ਹੈਗਾ, ਇਹ ਤਾਂ ਸਭ ਦੇ ਸਾਹਮਣੇ ਹੈਗਾ ਕਿ ਜਦੋਂ ਪਹਿਲੀ ਸਰਕਾਰ ਦੇ ਵੇਲੇ ਜਿਹੜਾ ਟਰਮੀਨੇਸ਼ਨ ਐਗਰੀਮੈਂਟਸ ਅਸੀਂ ਕਾਨੂੰਨ ਬਣਾਇਆ ਸੀਗਾ, ਉਹ ਸਾਰੇ ਖਤਮ ਕੀਤੇ ਆ ਜੀ। ਉਹਦੇ ਨਾਲ ਦੇਖੋ, ਅਜੇ ਤੱਕ ਜਿਹੜਾ ਹੈਗਾ, ਅਸੀਂ ਕਾਮਯਾਬ ਹੈਗੇ ਹਾਂ ਕਿ ਸਾਡਾ ਜਿਹੜਾ ਪਾਣੀ ਪੰਜਾਬ ਦਾ ਜਿਹੜਾ ਹੈਗਾ, ਜਿੰਨਾ ਜਾ ਰਿਹਾ ਸੀ ਉਸ ਤੋਂ ਵੱਧ ਜਿਹੜਾ ਮੰਗ ਰਹੇ ਸੀ ਐਸਐਲ ਕਨਾਲ ਦੇ ਜਾਣਾ, ਅਤੇ ਉਹ ਨਹੀਂ ਗਿਆ, ਅਜੇ ਤੱਕ ਨਹੀਂ ਗਿਆ। ਅਸੀਂ ਲੜਾਈ ਲੜ ਰਹੇ ਹਾਂ ਅਤੇ ਇਹ ਲੜਾਈ ਲੜ ਵੱਡੀ ਹੋਰ ਗੱਲ ਹੈ, ਥੋੜ੍ਹਾ ਮਾਰ ਕੇ ਮਾਫੀ ਮੰਗਦੇ ਪਿਆ? ਨਹੀਂ ਨਹੀਂ, ਤੁਹਾਡਾ ਹਿਸਾਬ ਹੈ ਸਾਰੀਆਂ ਪਾਰਟੀਆਂ ਦੀ। ਹੋਰ ਵੱਡੀ ਗੱਲ ਹੈ ਜੀ, ਪਾਣੀਆਂ ਦਾ ਦੇਖੋ, ਜੇ ਪਾਣੀ ਦੇ ਆਪਾਂ ਵਿਚਾਰ ਕਰੀਏ, ਐਕਸਪਰਟ ਵੀ ਦੱਸਦੇ ਨੇ ਆਪਾਂ ਨੂੰ, ਜੋ ਅਸੀਂ ਸਟੈਂਡ ਵੀ ਲੈ ਰਹੇ ਹਾਂ ਸਰਕਾਰ ਵੱਲੋਂ ਆਪਣੀ ਵੱਲੋਂ, ਕਿ ਪੰਜਾਬ ਦੇ ਵਿੱਚ ਜਿਹੜਾ ਦਰਿਆਵਾਂ ਦਾ ਪਾਣੀ ਹੈ ਉਹ ਨੈਚੁਰਲ ਤੌਰ 'ਤੇ ਜਿਹੜਾ ਫਲੋ ਹੈ ਬਹੁਤ ਘੱਟ ਗਿਆ, ਪਹਿਲਾਂ ਨਾਲੋਂ ਬਹੁਤ ਘੱਟ ਗਿਆ। ਇਹਦੀ ਦੁਬਾਰਾ ਰੀਅਸੈਸਮੈਂਟ ਹੋਣੀ ਚਾਹੀਦੀ ਹੈ ਕਿ ਫਾਲਤੂ ਹੈ ਨਹੀਂ, ਜੇ ਪਾਣੀ ਫਾਲਤੂ ਨਹੀਂ, ਅਸੀਂ ਦੇਵਾਂਗੇ ਸਾਰਿਆਂ ਨੂੰ ਪਤਾ ਹੀ, ਰਿਪੋਰਟ ਬਿਲਕੁਲ ਹੈ ਜੀ। ਇਸ ਕਰਕੇ ਪਾਣੀਆਂ ਬਾਰੇ ਦਾ ਕੋਈ ਚਿੰਤਾ ਨਹੀਂ, ਪਾਣੀਆਂ ਬਾਰੇ ਤਾਂ ਸਗੋਂ ਹੋਰ ਵੱਡੀ ਚਿੰਤਾ ਜੋ ਹੈਗੀ ਹੈ ਪਾਣੀ ਬਾਰੇ, ਇਹ ਹੈਗੀ ਕਿ ਸਾਡਾ ਧਰਤੀ ਦਾ ਪਾਣੀ ਵੀ ਖਤਮ ਹੋ ਗਿਆ, ਬਹੁਤ ਡੂੰਘਾ ਚਲਾ ਗਿਆ, ਕਿਉਂਕਿ ਸਾਡਾ ਤਕਰੀਬਨ 75% ਸਾਡਾ ਟਿਊਬਲ ਨਾਲ ਇਰੀਗੇਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚ, ਬਹੁਤ ਵੱਡੀ ਚਿੰਤਾ। ਅਸੀਂ ਤੁਸੀਂ ਮਸਲਾ ਹੱਲ ਕਰਾ ਸਕਦੇ? ਬਿਲਕੁਲ ਜੀ, ਜਦੋਂ ਦੋਨਾਂ ਸਟੇਟਸ ਦੇ ਵਿੱਚ ਕਾਂਗਰਸ ਸਰਕਾਰ ਸੀ, ਸੈਂਟਰ ਵਿੱਚ ਕਾਂਗਰਸ ਸਰਕਾਰ ਸੀ, ਉਦੋਂ ਹੀ ਮਸਲਾ ਹੱਲ ਕਰ ਸਕਦੇ ਸੀ। ਦੇਖੋ, ਹੁਣ ਤੋਂ ਬਾਅਦ ਹਰਿਆਣੇ ਨੂੰ ਪਾਣੀ ਹੋਰ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ ਕੋਈ, ਕਿਉਂਕਿ ਪਾਣੀ ਹੈ ਹੀ ਕੋਈ ਨਹੀਂ, ਬਿਲਕੁਲ ਸਵਾਲ ਪੈਦਾ ਨਹੀਂ ਹੁੰਦਾ। ਹਾਂ, ਅਸੀਂ ਤਾਂ ਇਹ ਕਰ ਰਹੇ ਹਾਂ ਕਿ ਜਿਹੜਾ ਧਰਤੀ ਦਾ ਪਾਣੀ ਹੈ ਉਹਨੂੰ ਵੀ ਕਿਵੇਂ ਬਚਾਇਆ ਜਾਵੇ ਤਾਂ ਕਿ ਵੱਡੀ ਕਿਲਤ ਨਾ ਆਵੇ। ਇਹ ਬਹੁਤ ਵੱਡੀ ਕਿਲਤ ਆਉਣ ਵਾਲੀ ਹੈ, ਅੱਜ ਦਾ ਤੁਸੀਂ ਅੱਧ ਇੱਕ ਵੱਡੇ ਅਖਬਾਰ ਦੇ ਵਿੱਚ ਅੱਜ ਦੀ ਰਿਪੋਰਟਾਂ ਨੇ ਜੀ, ਪਾਣੀ ਵਾਲੇ ਜ਼ਖਮ ਵੀ ਤੁਸੀਂ ਦਿੱਤੇ ਆ ਪੰਜਾਬ ਨੂੰ, ਤੱਕ ਵੀ ਤੁਸੀਂ ਲਾਉਂਦੇ ਰਹੇ। ਦੇਖੋ, ਜਿਹੜਾ ਇੱਕ ਪੰਜਾਬੀ ਦੀ ਕਹਾਵਤ ਹੈ ਨਾ, ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਵਾਂ, ਜਾਵੇ ਅਸੀਂ ਵੇਖ ਲਈਏ। ਦੇਖੋ, ਜਿਹੜਾ ਹੁਣ ਤੱਕ ਜਦੋਂ ਬਾਹਰ ਪਾਣੀ ਤੁਹਾਡਾ ਜਾ ਰਿਹਾ, ਲੁੱਟਿਆ ਜਾ ਰਿਹਾ, ਜਿਹੜਾ ਧਰਤੀ ਹੇਠੋਂ ਖਾਲੀ ਤਾਂ ਹੋਇਆ ਨਾ ਜੀ, ਜਿਹੜਾ ਹੁਣ ਤੱਕ ਦਾ ਇਤਿਹਾਸ ਹੈਗਾ ਪਾਣੀ ਦਾ, ਉਹ ਸਭ ਨੂੰ ਪਤਾ ਹੈ, ਉਹਦੇ ਬਾਰੇ ਮੈਂ ਲੰਬੀ ਕਹਾਣੀ ਦੱਸਾਂਗਾ, ਬਹੁਤ ਟਾਈਮ ਲੱਗੇਗਾ। ਲੇਕਿਨ ਜਿਹੜਾ ਹੁਣ ਤੋਂ ਬਾਅਦ ਜਿਹੜਾ ਪਾਣੀ ਪੰਜਾਬ ਦਾ, ਇੱਕ ਬੂੰਦ ਵੀ ਸਾਡੇ ਕੋਲ ਫਾਲਤੂ ਹੈ ਨਹੀਂ, ਨਾ ਅਸੀਂ ਦੇ ਰਹੇ ਹਾਂ। ਜੋ ਕਾਂਗਰਸ ਦਾ ਕੌਮੀ ਪਾਰਟੀ ਦਾ ਮੈਨੀਫੈਸਟੋ ਹੈ ਕਿ ਪੰਜਾਬ ਦਾ ਏਜੰਡਾ ਜਿਹੜਾ ਤੁਸੀਂ ਆਪਣੇ ਇੱਕ ਵੱਖਰੇ ਤਰੀਕੇ ਨਾਲ ਪੰਜਾਬ ਦੇ ਲੋਕਾਂ ਵਿੱਚ ਰੱਖੋਗੇ ਕਿ ਨਹੀਂ ਰੱਖੋ? ਨਹੀਂ, ਜਿਹੜਾ ਇਹ ਦੇਖੋ, ਜਿਹੜਾ ਹੈਗਾ ਅਸੀਂ ਪੰਜਾਬ ਦੇ ਰੱਖ ਰਹੇ ਹਾਂ, ਅਸੀਂ ਇਹ ਵੀ ਰੱਖ ਰਹੇ ਹਾਂ ਕਿ ਪੰਜਾਬ ਦੇ ਵਾਸਤੇ ਸਪੈਸ਼ਲ ਪੈਕੇਜ ਦੀ ਗੱਲ ਵੀ ਕਰ ਰਹੇ ਹਾਂ ਅਸੀਂ। ਅਸੀਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਸਣੇ ਪਾਣੀਆਂ ਦਾ ਵੀ ਹੈਗਾ, ਜਿਹੜਾ ਸਾਡਾ ਸਾਰਾ ਇੰਡਸਟਰੀ ਦਾ ਜੋ ਵੀ ਹੈ ਪੰਜਾਬ ਵਾਸਤੇ ਹੈਗਾ, ਅਸੀਂ ਮੰਗ ਰਹੇ ਹਾਂ। ਠੀਕ ਹੈ ਸੰਗੜਾ ਸਾਹਿਬ, ਪੰਜਾਬ ਹਮੇਸ਼ਾ ਮੰਗ ਕਰਦਾ ਸਾਨੂੰ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ, ਇੰਡਸਟਰੀ ਪੈਕੇਜ ਦੀ ਵੀ ਪੰਜਾਬ ਗੱਲ ਕਰਦਾ, ਕਾਲੇ ਦੌਰ ਵੇਲੇ ਜਿਹੜੇ ਸਾਡਾ ਕਰਜ਼ਾ ਚੜਿਆ ਸੀਗਾ ਦਹਿਸ਼ਤਗਰਦੀ ਦੌਰ ਵੇਲੇ, ਉਹਦੀ ਮੰਗ ਕਰਦਾ ਹੈਗਾ, ਉਹਦੀ ਮੰਗ ਪੂਰੀ ਹੋ ਸਕਦੀ ਹੈ ਜਾਂ ਸਾਰਿਆਂ ਨੇ ਸਿਰਫ ਸਿਆਸਤ ਕਰਨੀ ਹੈ? ਦੇਖੋ, ਪੈਕੇਜ 'ਤੇ ਮੈਂ ਆ ਜਾਂਦਾ, ਮੈਂ ਪਹਿਲਾਂ ਮੁੱਦਿਆਂ ਬਾਰੇ ਥੋੜ੍ਹੀ ਜਿਹੀ ਗੱਲ ਕਲੀਅਰ ਕਰਨੀ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਨਹੀਂ ਹੈ ਕਿਸੇ ਨੇ ਕਹਿਤਾ ਵੀ ਚੰਡੀਗੜ੍ਹ 'ਤੇ ਪੰਜਾਬ ਦਾ ਹੱਕ ਨਹੀਂ ਹੈ, ਇਹ ਤਾਂ ਕਲੀਅਰ ਕੱਟ ਹੈ, ਇਹਦੇ 'ਤੇ ਬਹਿਸ ਹੋਣੀ ਨਹੀਂ ਚਾਹੀਦੀ। ਬਿਲਕੁਲ ਇਹੀ ਫੈਸਲਾ ਹੁੰਦਾ ਆ, ਬਾਕੀ ਸਟੇਟਸ ਵਿੱਚ ਵੀ ਇੱਦਾਂ ਹੋਇਆ, ਇੱਥੇ ਵੀ ਇਹੀ ਹੋਇਆ ਸੀਗਾ ਵੀ ਯੂਟੀ ਜਿਹੜੀ ਆ, ਚੰਡੀਗੜ੍ਹ ਜਿਹੜਾ ਆ ਉਹ ਪੰਜਾਬ ਦੀ ਰਾਜਧਾਨੀ ਹੋਵੇਗਾ, ਪੇਰੈਂਟ ਸਟੇਟ ਦੀ ਹੁੰਦੀ ਆ,
जे कोई आवाज उठती है बिंगे टेढ़े तरीके तशद्दुद ही इन्ना करना जिहड़ा माली साहब ने गल कही सी रगड़ा ही इन्ना लाता किन्ने मुंडे मारे किन्ने परिवार तबाह करते किन्ना तशद्दुद होया पंजाब च एक सोचे समझे तरीके नाल जे पंजाब जिथे सीगा ना उहदे तों उहनूं डाउन साइज कीता गया उहनूं थल्ले लियांदा गया सगों हर एक गल च जिद्दां पाणियां दा वाटर टेबल ही जिहड़े सवैद साहब बड़ी सैटिस्फैक्शन नाल कह रहे पाणी तां थल्ले ही मुक गया पाणी थल्ले मुकाया गया साडे पंजाब च थल्ले पाणी मुकणा ही नहीं सी क्योंकि पंजाब च सब तों पहलां पंजाब नूं दरियाई पाणी वरतना चाहीदा सीगा इत्थे एक साजिश दे अधीन ट्यूबवैल धड़ा धड़ लगाया गया थल्लों पानी ड्रिल करके कढ़िया गया जिहड़ा इकनोमिकली भी पंजाब दे फार्मर नूं वायबल नहीं सीगा वैसे भी पानी थल्ले चला गया ज़्यादा ये मतलब पंजाब नूं तां सोचे समझे तरीके नाल बर्बाद किया जा रहा साजिश अधीन श्रोमणी अकाली दल ने मुद्दे क्यों छड़े क्योंकि जिहड़ा आ मायक जिन्ने पॉलिटिशियन आ सारिआं दा उदां ही सियासत दा पारीकरण हो गया ਇਹ ਕਮੰਤਰੀਵਾਦ ਸੋਚ ਹੋ ਗਈ ਇਹਨਾਂ ਦੀ ਪੈਸੇ ਕਰਕੇ ਇੱਥੋਂ ਲੁੱਟਦੇ ਆ ਪੈਸੇ ਬਾਹਰ ਦੀਆਂ ਬੈਂਕਾਂ 'ਚ ਇਹਨਾਂ ਨੂੰ ਚੰਡੀਗੜ੍ਹ ਪੰਜਾਬ ਨੂੰ ਜਾਵੇ ਚੰਡੀਗੜ੍ਹ ਇੱਥੇ ਰਵੇ ਪਾਣੀ ਭਾਵੇਂ ਖਤਮ ਵੀ ਹੋ ਜਾਵੇ ਇਹ ਆਪਣੀਆਂ ਜਨਰੇਸ਼ਨ ਤਾਂ ਇਹ ਮਾਈਗ੍ਰੇਟ ਕਰਨ ਨੂੰ ਫਿਰਦੇ ਆ ਵੀ ਅਸੀਂ ਮਤਲਬ ਜੇ ਬਹੁਤ ਗੰਭੀਰ ਮੁੱਦਾ ਹੈਗਾ ਚਲੋ ਇਹ ਬਿਲਕੁਲ ਮੁੱਦੇ ਗੈਰ ਪ੍ਰਸੰਗਕ ਹੋ ਗਏ ਅੱਜ ਦੇ ਹਾਲਾਤ ਦੇ ਵਿੱਚ ਅੱਜ ਦੇ ਹਾਲਾਤ 'ਚ ਤਾਂ ਮਤਲਬ ਹੋਰ ਹੀ ਕੁਛ ਇਹਨਾਂ ਨੇ ਮੁੱਦੇ ਬੋਲਣ ਜੋਗੇ ਨਹੀਂ ਛੱਡਿਆ ਕੋਈ ਕਿੰਨੇ ਸੰਘਰਸ਼ ਹੁੰਦੇ ਸੀ ਮਾਲੀ ਜੀ ਮੈਨੂੰ ਸਹਿਮਤ ਹੋਣਗੇ ਬੱਸ ਕਿਰਾਇਆ ਮਰ ਜਾ ਵਧੇ ਬੱਸ ਕਿਰਾਇਆ ਕੋਲ ਅਜੇ ਤੱਕ ਹਿਸਟਰੀ 'ਚ ਹੈ ਹੁਣ ਕੋਈ ਬੋਲਦਾ ਹੀ ਨਹੀਂ ਹੈ ਥਾਂ ਥਾਂ ਤੇ ਆਹ ਲੱਗੇ ਟੋਲ ਪਲਾਜ਼ਾ ਲੱਗੇ ਹੋਏ ਆ ਠੀਕ ਹੈ ਮੈਂ ਟੈਕਸ ਲੱਗ ਟੋਲ ਪਲਾਜ਼ਾ ਲੱਗ ਸਰਕਾਰਾਂ ਦਾ ਟੈਕਸ ਲੱਗ ਜਿਹੜੀ ਵਿਰੋਧੀ ਆਵਾਜ਼ ਚੁੱਕੀ ਜਾਂਦੀ ਸੀਗੀ ਜਿਹੜੀ ਪੰਜਾਬੀਆਂ ਦੀ ਅਣਖ ਦੀ ਗੱਲ ਕੀਤੀ ਜਾਂਦੀ ਸੀਗੀ ਉਹ ਅਣਖ ਕਿੱਥੇ ਆ ਵਿਰੋਧੀ ਆਵਾਜ਼ ਕਿੱਥੇ ਆ ਦੇਖੋ ਬੜਾ ਵਧੀਆ ਤੁਹਾਡਾ ਸਵਾਲ ਹੈ ਤੁਸੀਂ ਦੇਖੋ ਪੰਜਾਬ ਦੇ ਜਿਹੜੇ ਮੁੱਦੇ ਨੇ ਇਹਨਾਂ ਮੁੱਦਿਆਂ 'ਤੇ ਜਦੋਂ ਕਿਸੇ ਵੀ ਪਾਰਟੀ ਨੇ ਗੱਲ ਕਰਨੀ ਛੱਡਤੀ ਮੈਂ ਕਹਿੰਦਾ ਉਹਦੀ ਇੱਕ ਸ਼ੇਡ ਹੈ ਪੰਜਾਬ ਦੇ ਯੂਥ 'ਤੇ ਸ਼ੇਡ ਹੈ ਵੀ ਉਹਨਾਂ 'ਚ ਪੰਜਾਬੀਅਤ ਦੀ ਸਪਿਰਿਟ ਹੀ ਖਤਮ ਹੋ ਗਈ ਉਦਾਹਰਣ ਦੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਲੈ ਲਈਏ ਜਿੰਨਾ ਚਿਰ ਅਕਾਲੀ ਦਲ ਮੂਵਮੈਂਟ 'ਚ ਰਿਹਾ ਇਹ ਮੋਰਚੇ ਲਾਉਂਦਾ ਰਿਹਾ ਤੁਸੀਂ ਉਹ ਨਿਗਾਹ ਮਾਰੋ ਉਹ ਜਿਹੜੇ ਜਥੇਦਾਰ ਸੀ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣ ਨੂੰ ਜੀ ਕਰਦਾ ਸੀ ਉਹ ਇੱਕ ਜਨਰੇਸ਼ਨ ਸੀ ਜਿਹੜੀ ਉਹਨਾਂ ਦੇ ਮਨ 'ਚ ਇੱਕ ਜਜ਼ਬਾ ਸੀ ਵੀ ਪੰਜਾਬ ਲਈ ਕੁਛ ਕਰਨਾ ਜੇ ਮੰਤਰੀ ਵੀ ਬਣਨਾ ਨਾ ਮੁੱਖ ਮੰਤਰੀ ਬਣਨਾ MLA ਬਣਨਾ ਉਹਨਾਂ 'ਤੇ ਜਜ਼ਬਾ ਹੁੰਦਾ ਇਹ ਵੀ ਮੈਂ ਮੰਤਰੀ ਬਣ ਕੇ ਮੈਂ ਪੰਜਾਬ ਦਾ ਇਹ ਭਲਾ ਕਰਨਾ ਇਹ ਸੁਧਾਰ ਕਰਨਾ ਇੱਕ ਇੰਨਾ ਵੱਡਾ ਉਹ ਜਜ਼ਬੇ ਦਾ ਗੈਬ ਆ ਗਿਆ ਉਹ ਲੜਾਈ ਦਾ ਗੈਬ ਆ ਗਿਆ ਹੁਣ ਕੀ ਹੈ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ KP ਜੀ ਹੁਣ ਆ ਜਿਹੜੇ ਮੁੱਦੇ 'ਤੇ ਸੰਨੀ ਦਿਓਲ ਅਤੇ ਹਰਦੀਪ ਪੁਰੀ ਅਤੇ ਜਿਹੜੇ ਇੱਧਰੋਂ ਉੱਧਰੋਂ ਲਾਏ ਨੇ ਕੈਂਡੀਡੇਟ ਉਹਨਾਂ ਵਿੱਚ ਹੀ ਦੱਬੇ ਜਾਣੇ ਜਦੋਂ ਜੁਗਾੜ ਦੇ ਹਿਸਾਬ ਨਾਲ ਜੁਗਾੜ ਕਰਕੇ ਅਤੇ ਤੁਸੀਂ ਕਹੋ ਵੀ ਟਿਕਟ ਲੈ ਕੇ ਅਤੇ ਫਿਰ ਮੰਤਰੀ ਸੰਤਰੀ ਬਣਨਾ ਅਤੇ ਫਿਰ ਇਹ ਮੁੱਦੇ ਖਤਮ ਹੋਣਗੇ ਅਤੇ ਪੰਜਾਬ ਦੇ ਵਿੱਚ ਨਿਘਾਰਾ ਹੀ ਆਏਗਾ ਤੁਸੀਂ ਦੇਖੋ ਕਿੰਨਾ ਵੱਡਾ ਮੁੱਦਾ ਸੰਘੇੜਾ ਸਾਹਿਬ ਛੇੜਨ ਲੱਗੇ ਸੀ ਪੰਜਾਬ ਦਾ ਯੂਥ ਜਿਹੜੀ ਕਰੀਮ ਹੈ ਉਹਨੂੰ ਕਰੀਮ ਹੀ ਕਹਾਂਗੇ ਜਿਹਦੀ ਜੇਬ 'ਚ ਜ਼ਿਆਦਾ ਪੈਸੇ ਜਾਂ ਜਿਹੜਾ ਪੜ੍ਹ ਲਿਆ ਉਹ ਤਾਂ ਜਾ ਰਿਹਾ ਵਿਦੇਸ਼ਾਂ 'ਚ ਅਸੀਂ ਇੱਥੇ ਕੀ ਕਰਾਂਗੇ ਪੰਜਾਬ ਨੂੰ ਕਿਹਦੇ ਨਾਲ ਤੋਰਾਂਗੇ ਔਰ ਉਹ ਨਾਲ ਦੀ ਨਾਲ ਜਿਹੜੀਆਂ ਇੱਥੇ ਕੋਠੀਆਂ ਨੇ ਉਹਨਾਂ ਨੂੰ ਵੇਚ ਕੇ ਉੱਥੇ ਜਾ ਕੇ ਆਪਣੇ ਫਲੈਟ ਲੈ ਰਿਹਾ ਸਰਮਾਇਆ ਬਾਹਰ ਜਾ ਰਿਹਾ ਸਰਮਾਇਆ ਬਾਹਰ ਜਾ ਰਿਹਾ ਇਹ ਦੱਸੋ ਕਿਹਦਾ ਏਜੰਡਾ ਆ ਕਿਸੇ ਕੈਂਡੀਡੇਟ ਦੇ ਮੂੰਹ ਤੋਂ ਤੁਸੀਂ ਇਹ ਚਿੰਤਾ ਸੁਣੀ ਲਾਸਟ ਸੈਗਮੈਂਟ ਵਿੱਚ ਆਉਂਗਾ ਪੰਜਾਬ ਦਾ ਏਜੰਡਾ ਕੌਣ ਸੈੱਟ ਕਰਦਾ ਪਿਆ ਹੈਗਾ ਸਵਾਲ ਉਸ ਏਜੰਡਾ ਸੈਟਰ ਤੇ ਹੈਗਾ ਤੇ ਸਵਾਲ ਇਹੀ ਹੈਗਾ ਕੌਣ ਪੁੱਛੇਗਾ ਪੰਜਾਬ ਦੇ ਸਵਾਲ ਜੇ ਸਿਆਸਤ ਦਾ ਨਹੀਂ ਪੁੱਛਣਗੇ ਤਾਂ ਫਿਰ ਜਵਾਬ ਮਿਲੇਗਾ ਕਿਵੇਂ ਜੇ ਜਵਾਬ ਨਹੀਂ ਮਿਲੇਗਾ ਫਿਰ ਇਹੋ ਜਿਹੀ ਸਿਆਸਤ ਹੋਵੇਗੀ ਚਿਹਰਿਆਂ 'ਤੇ ਅਧਾਰਤ ਜੋ ਚਿਹਰਿਆਂ 'ਤੇ ਅਧਾਰਤ ਸਿਆਸਤ ਹੁੰਦੀ ਹੈ ਮੁੱਦੇ ਆਊਟ ਹੋ ਜਾਂਦੇ ਆ ਵੇਖ ਤੋਂ ਵਾਪਸ ਆ ਰਹੇ ਅਸੀਂ ਨਹੀਂ ਆਊਟ ਹੁੰਦੇ ਆਉਂਦੇ ਅਸੀਂ ਡਿਬੇਟ ਕਰ ਰਹੇ ਹਾਂ ਅਤੇ ਸਵਾਲ ਇੱਕੋ ਪੁੱਛ ਰਹੇ ਹਾਂ ਲੋਕ ਸਭਾ ਚੋਣਾਂ ਦੇ ਰੋਲੇ ਵਾਲੀ ਰਾਜਨੀਤੀ ਵਿੱਚੋਂ ਪੰਜਾਬ ਦੇ ਮੁੱਦੇ ਆਊਟ ਕਿਉਂ ਆ ਮਾਲੀ ਸਾਹਿਬ ਪੰਜਾਬ ਦਾ ਸਿਆਸੀ ਏਜੰਡਾ ਕੌਣ ਸੈੱਟ ਕਰ ਰਿਹਾ ਨਹੀਂ ਏਜੰਡਾ ਸੈੱਟ ਤਾਂ ਜੇ ਆਪਾਂ ਕੀ ਸਿਆਸਤਦਾਨੇ ਕਰ ਰਹੇ ਨੇ ਮਤਲਬ ਐ ਨਹੀਂ ਵੀ ਕੋਈ ਹੋਰ ਬਾਹਰੀ ਤਾਕਤ ਕਰ ਰਹੀ ਆ ਬਾਹਰੀ ਤਾਕਤ ਕੋਈ ਨਹੀਂ ਬਾਹਰੀ ਤਾਕਤ ਮਤਲਬ ਦੇਸ਼ ਏ ਕਹਿ ਲਓ ਤੁਸੀਂ ਦਿੱਲੀ ਕਹਿ ਲਓ ਅਸੀਂ ਕਹਿ ਲਓ ਸਾਡੇ ਉਹਨਾਂ ਨਾਲ ਰਿਸ਼ਤੇ ਕਹਿ ਲਓ ਸਾਡੀ ਸਮਝ ਕਹਿ ਲਓ ਸਾਡੀ ਮਜਬੂਰੀ ਕਹਿ ਲਓ ਜੇ ਆਪਾਂ ਕਹੀਏ ISI ਕਰ ਰਹੀ ਆ CBI ਕਰ ਰਹੀ ਆ CIA ਕਰ ਰਹੀ ਆ ਇਹਨਾਂ ਗੱਲਾਂ 'ਚ ਕੋਈ ਦਮ ਨਹੀਂ ਨਾ ਜੀ ਸਾਡਾ ਏਜੰਡਾ ਸੈੱਟ ਪੰਜਾਬ ਦਾ ਤਾਂ ਹੋਊ ਨਾ ਜੇ ਅਸੀਂ ਪੰਜਾਬ ਨੂੰ ਸਮਝਾਂਗੇ ਸਾਨੂੰ ਆਪਣੇ ਮਾਰ ਰਹੇ ਅਸੀਂ ਆਪ ਮਰ ਰਹੇ ਹਾਂ ਆਪਣੇ ਮਾਰ ਰਹੇ ਹਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ ਆਪਾਂ ਬੜਾ ਦੁਨੀਆ ਦੇ ਵਿੱਚ ਇਹ ਗੱਲ ਪ੍ਰਵਾਨਤਾ ਵੀ ਜੇ ਕਿਸੇ ਖਿੱਤੇ ਨੂੰ ਮਾਰਨਾ ਕਿਸੇ ਕੌਮ ਨੂੰ ਮਾਰਨਾ ਉਹ ਤਾਂ ਉਹਦੀ ਮਾਂ ਬੋਲੀ ਖੋਲੋ ਤਰਲੋਚਨ ਸਿੰਘ ਜੀ ਬੜਾ ਇਹਦੇ ਖਾਤਰ ਬੋਲਦੇ ਨੇ ਲੜਦੇ ਨੇ ਉਹ ਤਾਂ ਉਹਦਾ ਸੱਭਿਆਚਾਰ ਖੋਲੋ ਪੰਜਾਬ ਦੇ ਦੁਨੀਆ ਦਾ ਇੱਕ ਵੀ ਵਿਦਵਾਨ ਮੈਨੂੰ ਤੁਸੀਂ ਦਿਖਾ ਦਿਓ ਜਿਹੜਾ ਇਹ ਕਹਿੰਦਾ ਹੋਵੇ ਵੀ ਮਾਂ ਬੋਲੀ ਮੁੱਢਲੀ ਪੜ੍ਹਾਈ ਮਾਂ ਬੋਲੀ ਤੋਂ ਬਿਨਾਂ ਕਿਸੇ ਹੋਰ ਬੋਲੀ 'ਚ ਹੋਣੀ ਚਾਹੀਦੀ ਹੈ ਇੱਕ ਵਿਦਵਾਨ ਦਿਖਾ ਦਿਓ ਪੰਜਾਬ 'ਚ 3-language ਫਾਰਮੂਲਾ ਕਿਉਂ ਲਾਗੂ ਕੀਤਾ ਜਾ ਰਿਹਾ ਜੀ ਪਹਿਲੀ ਤੋਂ ਅੰਗਰੇਜ਼ੀ ਕਿਉਂ ਪੜ੍ਹਾ ਰਹੀ ਆ ਪੜ੍ਹਾਈ ਜਾ ਰਹੀ ਆ ਹੁਣ 1000 ਸਕੂਲ ਆ ਜਿਹੜਾ ਅੰਗਰੇਜ਼ੀ ਮਾਧਿਅਮ ਵਾਲਾ ਕਿਉਂ ਬਣਾਇਆ ਜਾ ਰਿਹਾ ਜੀ
ਉਹ ਕਹਿੰਦੇ ਕਹਿੰਦੇ ਸਾਡੇ ਮੁੰਡਿਆਂ ਨੇ ਬਾਹਰ ਜਾ ਕੇ ਸੈੱਟ ਹੋਣਾ ਹੈ, ਗਲੋਬਲ ਅਸੀਂ ਹੋਣਾ ਹੈ ਤੇ ਫਿਰ ਉਹਨਾਂ ਨਾਲ ਦੇ ਦੱਸਣਾ ਪਊਗਾ। ਉਹ ਤਰਕ ਦਿੰਦੇ ਆ। ਨਹੀਂ ਨਹੀਂ, ਉਹਨਾਂ ਦਾ ਤਰਕ ਐਡਾ ਬੇਵਕੂਫ ਤੇ ਗਲਤ ਆ, ਉਹਨੂੰ ਚੈਲੰਜ ਨਹੀਂ ਕਰਦਾ ਕੋਈ। ਅੰਗਰੇਜ਼ੀ ਬ੍ਰਿਟਿਸ਼ ਕੌਂਸਲ ਆ, ਉਹ ਕਹਿੰਦੀ ਅੰਗਰੇਜ਼ੀ ਦੇ ਵਿੱਚ ਉਹੀ ਬੰਦਾ ਵਧੀਆ ਮਹਾਰਤ ਹਾਸਲ ਕਰ ਸਕਦਾ ਜਿਹਦੀ ਆਪਣੀ ਮਾਂ ਬੋਲੀ ਤੇ ਪਕੜਾ। ਜਿੰਨੀ ਤੁਹਾਡੀ ਆਪਣੀ ਮਾਂ ਬੋਲੀ ਤੇ ਪਕੜਾ ਮਹਾਰਤ ਆ, ਉਨੀ ਤੁਹਾਡੀ ਕਪੈਸਿਟੀ ਦੂਜੀਆਂ ਬੋਲੀਆਂ ਨੂੰ ਸਿੱਖਣ 'ਚ ਵੱਧ ਰਹੀ ਆ। ਪਹਿਲਾਂ ਤੱਪਣਾਂ ਵਾਲੇ ਸਕੂਲਾਂ 'ਚ ਪੜ੍ਹ ਕੇ ਜਿਹੜੇ IAS ਬਣੇ ਨੇ, ਹੋਰ ਬਣੇ ਨੇ, ਕਿਸੇ ਦੀ ਅੰਗਰੇਜ਼ੀ ਮਾੜੀ ਹੈ ਜੀ? ਜਿਹੜੇ ਅੱਜ ਅੰਗਰੇਜ਼ੀ ਸਕੂਲਾਂ 'ਚ ਪੜ੍ਹ ਕੇ ਅੰਗਰੇਜ਼ੀ ਬੋਲਦੇ ਨੇ, ਇਹਨਾਂ ਤੋਂ ਇੱਕ ਕਾਊਂਟਰ ਕੁਐਸਚਨ ਪੁੱਛ ਲਓ। ਮਾਲੀ ਸਾਹਿਬ ਜਦੋਂ ਸਾਡੇ ਸਿਆਸਤਦਾਨ ਬਾਹਰਲੇ ਸਕੂਲਾਂ 'ਚ ਜਾ ਕੇ ਪੜ੍ਹੇ ਹੋਣ ਤੇ ਫਿਰ ਉਹਨਾਂ ਨੇ ਉਹੀ ਏਜੰਡਾ ਸੈੱਟ ਕਰਨਾ। ਇਸੇ ਕਰਕੇ ਮੈਂ ਕਹਿੰਦਾ ਨਾ ਜੀ, ਵੀ ਜਦੋਂ ਤੁਸੀਂ ਪੰਜਾਬ ਦਾ ਏਜੰਡਾ ਪੰਜਾਬ ਦੇ ਧਰਾਤਲ 'ਤੇ ਨਹੀਂ ਕਰੋਗੇ, ਪੰਜਾਬ ਦੇ ਇਤਿਹਾਸ, ਵਿਰਸੇ, ਸੱਭਿਆਚਾਰ ਦੀਆਂ ਲੋੜਾਂ ਅਨੁਸਾਰ ਨਹੀਂ ਕਰੋਗੇ, ਫਿਰ ਇਹੀ ਹਾਲ ਹੋਣਾ। ਦੇਖੋ ਐਜੂਕੇਸ਼ਨ ਇੱਕ ਇਹੋ ਜਿਹੀ ਚੀਜ਼ ਆ, ਆਪਾਂ ਕਹਿੰਦੇ ਸੀ ਨਾ ਅੰਗਰੇਜ਼ਾਂ ਨੇ ਸਿੱਖਿਆ ਸਿਸਟਮ ਇਹੋ ਜਿਹਾ ਚਲਾ ਲਿਆ ਵੀ ਕਲਰਕਾਂ ਦੀ ਕੌਮ ਪੈਦਾ ਕੀਤੀ ਜਾਊ। ਮਹਿੰਦਰਪਾਲ ਭੱਟਲ ਇਨਕਲਾਬੀ ਕਵੀ ਆ, ਉਹਨੇ ਕਿਹਾ ਵੀ ਇੱਥੇ ਪੁਰਜੇ ਬਣਾਏ ਜਾਂਦੇ ਨੇ, ਪੁਰਜੇ ਪੈਦਾ ਕੀਤੇ ਜਾਂਦੇ ਨੇ। ਜਦੋਂ ਅਸੀਂ ਕਾਲਜਾਂ 'ਚ ਪੜ੍ਹਦੇ ਹੁੰਦੇ ਸੀ ਅਸੀਂ ਉਹ ਕਵਿਤਾ ਪੜ੍ਹਦੇ ਹੁੰਦੇ ਸੀ, ਪਰ ਉਦੋਂ ਤਾਂ ਬਹੁਤ ਸਟਰਗਲ ਸੀ ਲੋਕਾਂ ਦੇ, ਪੁਰਜੇ ਤਾਂ ਹੁਣ ਬਣ ਰਹੇ ਨੇ ਨਾ ਜੀ। ਠੀਕ, ਤੁਸੀਂ ਇਹ ਜਿਹੜੀ ਸਿੱਖਿਆ ਤੁਹਾਨੂੰ ਕਹੇ ਕੀ ਸਮਾਜਿਕ ਸਰੋਕਾਰਾਂ ਤੋਂ ਸਿੱਖਣੀ ਸਿੱਖਿਆ ਸਮਾਜ ਲਈ ਲਾਹੇਵੰਦ ਹੋ ਸਕਦੀ ਹੈ? ਬਹੁਤ ਬਹੁਤ ਬੰਦੀ ਸਰ ਪੜਨ ਚਲਾ ਗਿਆ। ਬਾਈ ਡਿਫਾਲਟ ਨਹੀਂ ਹੈ ਵੀ ਉਹ ਪੰਜਾਬੀ ਦੇ ਉਲਟ ਹੋਊਗਾ, ਬਾਹਰ ਪਹਿਲਾਂ ਵੀ ਲੋਕ ਪੜਨ ਜਾਂਦੇ ਰਹੇ ਆ। ਨਹੀਂ, ਬਾਈ ਡਿਫਾਲਟ ਨਹੀਂ ਮੈਂ ਕਹਿ ਰਿਹਾ ਹੈਗਾ, ਸਵਾਲ ਇਹ ਜਿਹੜਾ ਪੁੱਛਿਆ ਜਾ ਰਿਹਾ, ਕਿਉਂਕਿ ਸਵਾਲ ਇਹ ਵੀ ਕੀਤਾ ਜਾ ਰਿਹਾ ਵਾਰ-ਵਾਰ ਕਿ ਜੇ ਅਸੀਂ ਆਪਦੇ ਬੱਚਿਆਂ ਨੂੰ 6ਵੀਂ ਤੋਂ ਇੰਗਲਿਸ਼ ਪੜਾਉਣੀ ਹੈਗੀ ਤਾਂ ਫਿਰ ਕਰਨਗੇ ਕੀ ਬਾਹਰ ਜਾ ਕੇ? ਇਹ ਸਾਜ਼ਿਸ਼ ਅਧੀਨ ਹੈ ਜਾਂ ਬੇਸਮਝੀ ਹੈ? ਰਸ਼ੀਅਨ ਦੇ ਵਿੱਚ ਇੱਕ ਗਾਲ ਹੈ ਵੀ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ, ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ, ਸਭ ਤੋਂ ਡੇਂਜਰਸ ਗਾਲ ਗਿਣੀ ਗਈ ਹੈ ਰਸ਼ੀਅਨ ਦੇ ਵਿੱਚ ਆਪਣੇ ਲੋਕਾਂ ਨੂੰ ਜਾਂ ਇੱਥੇ ਜਿਹੜੇ ਸਾਡੇ ਸਿਆਸਤਦਾਨ ਹੈ ਇਹਨਾਂ ਨੇ ਜਾਣ ਬੁੱਝ ਕੇ। ਜਿਹੜਾ ਸਾਹਿਬ ਜੋ ਤਰਕ ਦਿੱਤਾ ਕਹਿੰਦੇ ਪੰਜਾਬੀ 'ਚ ਰੁਜ਼ਗਾਰ ਨਹੀਂ ਮਿਲਦਾ ਪਿਆ, ਨਹੀਂ ਸਿੱਖਣ ਇੰਗਲਿਸ਼, ਉਹੀ ਗੁਰਦਾਸ ਮਾਨ ਵਾਲੀ ਗੱਲ, ਮਤਲਬ ਸਿੱਖਣ ਬੋਲੀ ਦੂਜੀ ਸਿੱਖਣੀ ਚਾਹੀਦੀ ਆ, ਪਰ ਮਾਂ ਬੋਲੀ ਤਾਂ ਪੰਜਾਬੀ ਰਹਿਣੀ ਆ, ਮਾਂ ਬੋਲੀ ਨੂੰ ਕਿਉਂ ਦਬਾ ਰਹੇ ਹੋ ਤੁਸੀਂ? ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਨੂੰ 13 ਲੈਂਗੁਏਜਿਸ ਆਉਣੀਆਂ ਸੀਗੀਆਂ, 5-6 ਲੈਂਗੁਏਜਿਸ ਵਿੱਚ ਤਾਂ ਉਹਨਾਂ ਦੀ ਬਹੁਤ ਮਹਾਰਤ ਸੀਗੀ, ਪਰ ਸਭ ਤੋਂ ਵਧੀਆ ਪੰਜਾਬੀ ਬੋਲਦੇ ਸੀ। ਬਹੁਤ ਲੋਕ ਨੇ ਜਿਹੜੇ, ਬੜਾ ਗੰਭੀਰ ਸਵਾਲ ਹੈ, ਹੋ ਸਕਦਾ ਸਵਾਲ ਇਹ ਤੁਹਾਨੂੰ ਪਸੰਦ ਵੀ ਨਾ ਆਵੇ, ਹੋ ਸਕਦਾ ਇਹ ਸਵਾਲ ਉੱਠਦਾ ਵੀ ਨਾ ਹੋਵੇ। ਸਵਾਹ ਸਾਹਿਬ ਜਦੋਂ ਕਹਿੰਦੇ ਆ ਕਿ ਤੁਹਾਨੂੰ ਤੁਹਾਡੀ ਮਾਂ ਬੋਲੀ ਭੁੱਲ ਜਾਵੇ, ਇਹ ਕਹਿੰਦੇ ਗਾਲ ਹੁੰਦੀ ਆ। ਮਾਂ ਬੋਲੀ ਦੇ ਵਿੱਚ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗਦਾ, ਸਾਡੇ ਇਤਿਹਾਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਸਾਡੀ ਮਾਂ ਬੋਲੀ ਦੇ ਵਿੱਚ ਹੈਗੀ ਆ। ਜੋ ਅਸੀਂ ਹੋਰ ਭਾਸ਼ਾ ਪੜ੍ਹਦੇ ਹਾਂ ਉਸ ਇਤਿਹਾਸ ਨੂੰ ਅਸੀਂ ਆਪਣੇ ਆਪ ਭੁੱਲ ਰਹੇ ਹਾਂ, ਜਿਵੇਂ ਜਿਵੇਂ ਅਸੀਂ ਆਪ ਭਾਸ਼ਾ ਨੂੰ ਭੁਲਾਇਆ ਜਾ ਰਿਹਾ। ਨਹੀਂ, ਪੜ੍ਹਨ ਨਾਲ ਨਹੀਂ ਕੋ ਭੁੱਲਦਾ, ਮੈਂ ਇੱਥੇ ਮੈਂ ਡਿਫਰ ਕਰਦਾ ਹਾਂ। ਮੈਂ ਗੱਲ ਕਰ ਰਿਹਾ ਦੂਜੀਆਂ ਭਾਸ਼ਾਵਾਂ ਦੇ ਵਿੱਚ ਸਾਡੇ ਇਤਿਹਾਸ ਦੀ ਉਨੀ ਜਾਣਕਾਰੀ ਹੈ ਜਾਂ ਨਹੀਂ ਹੈ? ਨਹੀਂ ਹੈ। ਮੈਂ ਉਹੀ ਸਵਾਲ ਕਰ ਰਿਹਾ। ਸਵੈ ਸਾਹਿਬ ਦੇਖੋ ਜੀ, ਜਿੱਥੇ ਤੱਕ ਮੈਂ ਆਪਣਾ ਤਜਰਬਾ ਦੱਸਦਾ, ਇੱਕ ਐਕਸਪੀਰੀਅੰਸ ਹੈਗਾ, ਅਸੀਂ ਤੱਪੜ ਸਕੂਲਾਂ 'ਚ ਪੜ੍ਹੇ ਹਾਂ ਜੀ 10ਵੀਂ ਤੱਕ, ਜਿਹੜੀ ਹੈ 6ਵੀਂ ਤੋਂ ਅੰਗਰੇਜ਼ੀ ਸ਼ੁਰੂ ਹੋਈ ਹੈਗੀ ਹੈ। ਲੇਕਿਨ ਮੈਂ ਇਹ ਮਹਿਸੂਸ ਕਰਦਾ ਜੀ ਕਿ ਸਾਨੂੰ ਪੰਜਾਬੀ ਜਿਹੜੀ ਹੈਗੀ ਹੈ ਮਾਂ ਬੋਲੀ ਤਾਂ ਉਹਦਾ ਤਾਂ ਕੋਈ ਬਦਲ ਹੈ ਹੀ ਨਹੀਂ ਨਾ ਜੀ, ਉਹ ਤਾਂ ਹੋਣਾ ਹੀ ਚਾਹੀਦਾ। ਲੇਕਿਨ ਨਾਲ ਨਾਲ ਜਿਵੇਂ ਅੰਗਰੇਜ਼ੀ ਹੈ ਜਿਹੜੀ ਭਾਸ਼ਾ ਜਿਹੜੀ ਹੈਗੀ, ਇਹ ਵੀ ਬਹੁਤ ਜ਼ਰੂਰੀ ਹੈਗੀ ਹੈ ਜੀ, ਕਿਉਂਕਿ ਸਾਡਾ ਪੰਜਾਬ ਬਹੁਤ ਛੋਟਾ ਸੂਬਾ ਹੈਗਾ, ਸਾਡੇ ਨੌਜਵਾਨ ਇੱਥੇ ਸਾਰੇ ਨੌਕਰੀ ਨਹੀਂ ਮਿਲ ਸਕਦੀ ਹੈਗੀ, ਸਾਨੂੰ ਵਰਲਡ ਲੈਵਲ ਸਾਹਿਬ ਨੂੰ ਪਾਤਰ ਸਾਹਿਬ ਨੂੰ ਉਹਦਾ ਦਿੱਤਾ ਹੈਗਾ, ਪਾਤਰ ਸਾਹਿਬ ਨੂੰ, ਸਰਜੀਤ ਪਾਤਰ ਹਰਾਂ ਨੂੰ ਜ਼ਰੂਰ ਜਾਣਾ ਚਾਹੀਦਾ। ਉਹ ਜਦੋਂ ਲਿਖਦੇ ਹੈਗੇ ਪੰਜਾਬੀ ਬੋਲਣ ਤੇ ਜੁਰਮਾਨਾ ਲੱਗਦਾ, ਫਿਰ ਕੀ ਕਵਾਂਗੇ? ਨਹੀਂ, ਇਹ ਐਕਸਪਰਟ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ, ਇੱਕ ਮਿੰਟ ਕੀ ਤਾਮਿਲਨਾਡੂ ਦੇ ਬੱਚੇ ਬਾਹਰ ਨਹੀਂ ਜਾਂਦੇ? ਉੱਥੇ ਕਿਹੜਾ ਲੈਂਗੁਏਜ ਫਾਰਮੂਲਾ ਜੀ? ਇਕੱਲੇ ਪੰਜਾਬ 'ਚ ਇਹ ਲੈਂਗੁਏਜ ਫਾਰਮੂਲਾ ਕਿਉਂ ਹੈ ਜੀ? ਕੇਰਲਾ ਤੇ ਨਹੀਂ ਬਾਹਰ ਜਾਂਦੇ, ਗੁਜਰਾਤ ਤੇ ਨਹੀਂ ਬਾਹਰ ਜਾਂਦੇ? ਜਸਟ ਇੱਕ ਮਿੰਟ ਸਰ, ਸਵੈ ਸਾਹਿਬ ਬੜਾ ਸਵਾਲ ਗੰਭੀਰ ਹੈਗਾ, ਕਿਉਂ ਇਹ ਸਵਾਲ ਸਾਡੇ ਰਾਜ ਭਾਸ਼ਾ ਐਕਟ ਨਾਲ ਜੁੜਦਾ ਪਿਆ ਹੈ। ਨਹੀਂ ਦੇਖੋ, ਬਹੁਤ ਗੰਭੀਰ ਸਵਾਲ ਹੈ, ਜਿੱਥੋਂ ਤੱਕ ਕਿ ਜਿਹੜੀ ਅੰਗਰੇਜ਼ੀ ਹੈਗੀ ਹੈ, ਮੈਂ ਇਹ ਕਹਿ ਰਿਹਾ ਵੀ ਜ਼ਰੂਰੀ ਹੈ, ਮਸਟ ਹੈ, ਇਹ ਵੀ ਮਸਟ ਹੈ ਨਾ ਜੀ, ਤਰੱਕੀ ਕਰਨ ਵਾਸਤੇ, ਸਾਡੇ ਨੌਜਵਾਨ ਬਹੁਤ ਤਰੱਕੀ ਕਰ ਰਹੇ ਹੈ ਵਰਲਡ ਲੈਵਲ 'ਤੇ। ਲੇਕਿਨ ਕਿਹੜੀ ਸਟੇਜ ਕਿਹੜੀ ਤੋਂ, ਪਹਿਲੀ ਤੋਂ, ਦੂਜੀ ਤੋਂ, 6ਵੀਂ ਤੋਂ, ਕਿੱਥੋਂ ਜਿਹੜੇ ਇਹ ਐਕਸਪਰਟਸ ਦਾ ਜਿਹੜੇ ਹੈਗੇ ਉਹਨਾਂ ਦਾ ਮਸਲਾ ਹੈ ਜੀ, ਮੈਂ ਇਹਦੇ 'ਤੇ ਜ਼ਿਆਦਾ ਕਮੈਂਟ ਨਹੀਂ ਕਰ ਸਕਦਾ ਹੈਗਾ। ਸਾਡੀ ਗਵਰਨਮੈਂਟ ਨੇ ਐਕਸਪਰਟ ਤੋਂ ਲੈ ਕੇ ਐਡਵਾਈਸ ਕੁਝ ਸਕੂਲਾਂ ਦੇ ਵਿੱਚ, ਥੋੜ੍ਹੇ ਸਕੂਲਾਂ ਦੇ ਵਿੱਚ ਸ਼ੁਰੂ ਕੀਤੀ ਹੈ, ਪਹਿਲੀ ਤੋਂ ਅੰਗਰੇਜ਼ੀ ਸ਼ੁਰੂ ਕੀਤੀ ਹੈਗੀ ਹੈ। ਉਹ ਤਜਰਬਾ ਜਿਹੜਾ ਹੁੰਦਾ ਹੁੰਦਾ ਰਹਿੰਦਾ ਹੁੰਦਾ ਕਿ ਤੁਹਾਨੂੰ ਬੈਨੀਫਿਟ ਕਿੱਥੋਂ ਹੁੰਦਾ ਹੈਗਾ, ਕਿ ਪ੍ਰੋਗਰੈਸ ਚੱਲਦੀ ਰਹਿੰਦੀ ਹੈ। ਗੱਲ ਤਾਂ ਮਾਤ ਭਾਸ਼ਾ ਨੂੰ ਦਬਾਉਣ ਦੀ ਤੇ ਦੂਜੀਆਂ ਭਾਸ਼ਾਵਾਂ ਨਾਲ ਰਿਪਲੇਸ ਕਰਨ ਦੀ ਗੱਲ ਹੈ। ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕੁੱਟਿਆ ਜਾਂਦਾ ਵੀ ਤੂੰ ਪੰਜਾਬੀ ਕਿਉਂ ਨਹੀਂ, ਪੰਜਾਬੀ ਕਿਉਂ ਬੋਲੀ ਹੈ? ਜਿਹੜੀ ਮਾਂ ਭਾਸ਼ਾ ਹੈਗੀ ਹੈ, ਮਾਂ ਬੋਲੀ ਸਾਡੀ ਹੈਗੀ ਹੈ, ਤੱਥ ਦੇ ਪੱਖੋਂ ਗੱਲ ਇਹ ਹੈ ਵੀ ਪਹਿਲੀ ਤੋਂ ਅੰਗਰੇਜ਼ੀ ਅਕਾਲੀ ਸਰਕਾਰ ਨੇ ਸ਼ੁਰੂ ਕੀਤੀ ਆ, ਜਦੋਂ ਤੋਂ ਤੋਤਾ ਸਿੰਘ ਸਿੱਖਿਆ ਮੰਤਰੀ ਸੀ। ਤੁਹਾਡੀ ਸਰਕਾਰ ਇਹੋ ਜਿਹੇ ਸਕੂਲ ਸ਼ੁਰੂ ਕਰ ਰਹੀ ਹੈ ਜਿਨ੍ਹਾਂ ਦਾ ਸਾਰੀ ਜਿਹੜਾ ਮਾਧਿਅਮ ਆ ਉਹ ਅੰਗਰੇਜ਼ੀ 'ਚ ਹੋਊ। ਤੁਸੀਂ
ਅੰਗਰੇਜ਼ੀ ਕੀਤਾ ਜਾਵੇ। ਠੀਕ ਹੈ, ਮੈਂ ਤਲਵਰ ਸਿੰਘ ਜੀ ਲਾਸਟ ਵਾਰ ਤੋਂ ਇਹ ਪ੍ਰੋਜੈਕਟ ਬੇਸਿਸ ਤੇ ਨਾ ਜੀ, ਠੀਕ ਹੈ ਤਲਵਰ ਸਿੰਘ ਜੀ, ਤਲਵਰ ਸਿੰਘ ਤੱਕ ਦਾ ਬੈਨੀਫਿਟ ਡਾਕਟਰ ਗਾਂਧੀ ਪ੍ਰੋਜੈਕਟ ਗਾਂਧੀ ਪ੍ਰੋਜੈਕਟ ਪੰਜਾਬ ਨੂੰ ਇਲੀਮੀਨੇਟ ਕਰ ਰਹੇ ਹਾਂ ਨਹੀਂ, ਇੱਕ ਮਿੰਟ ਨੂੰ ਇੱਥੇ ਮੈਂ ਤੁਹਾਡਾ ਬਿਲਕੁਲ ਸਹਿਮਤ ਹਾਂ, ਮਾਂ ਬੋਲੀ ਨੂੰ ਆਪਾਂ ਬਿਲਕੁਲ ਜਿਹੜੀ ਹੈਗੀ ਠੀਕ ਤੁਹਾਡਾ ਪੁਆਇੰਟ ਨਹੀਂ ਕਰ ਤਲਵਰ ਸਿੰਘ ਜੀ, ਡਾਕਟਰ ਗਾਂਧੀ ਵਰਗੇ ਜਿਹੜੇ ਸਿਆਸਤਦਾਨ ਹੈਗੇ ਆ ਉਹ ਜਿਹੜੇ ਮੁੱਦੇ ਚੱਕਦੇ ਪਏ ਆ ਕੀ ਉਹ ਇਹਨਾਂ ਸਿਆਸਤਦਾਨਾਂ ਨੂੰ ਵੱਖਰੇ ਹੈਗੇ ਜਿਹੜੇ ਬਾਕੀ ਸਿਆਸਤਦਾਨ ਹੈਗੇ ਆ, ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਆ ਖੁਦ ਮੁਖਤਿਆਰੀ ਦੇ ਮਾਮਲੇ ਵਿੱਚ? ਬਿਲਕੁਲ ਬਿਲਕੁਲ, ਫਰਕ ਹੈ ਉਹਨਾਂ ਦਾ, ਫਰਕ ਹੈ ਡਾਕਟਰ ਗਾਂਧੀ ਹੁਣਾਂ ਦਾ ਫਰਕ ਹੈ, ਉਹ ਬੜੀ ਗੰਭੀਰਤਾ ਨਾਲ ਇਹ ਗੱਲ ਕਰਦੇ ਨੇ ਔਰ ਬੜੀ ਸ਼ਾਨ ਨਾਲ ਵੀ ਇਹ ਗੱਲ ਕਰਦੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਲਈ ਬਹੁਤ ਵੱਡੇ ਸੰਘਰਸ਼ ਲੜੇ ਔਰ ਪੰਜਾਬ ਦੇ ਖੇਤਰ ਲਈ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ, ਪਰ ਜਦੋਂ ਇਹ ਭਾਰਤੀ ਜਨਤਾ ਪਾਰਟੀ ਨਾਲ ਇਹਦਾ ਗੱਠਜੋੜ ਹੋ ਗਿਆ ਅਤੇ ਫਿਰ ਇੰਨੇ ਖੇਤਰੀ ਗੱਲਾਂ ਛੱਡ ਕੇ ਅਤੇ ਕੇਂਦਰਵਾਦ ਬਣ ਗਿਆ। ਗਾਂਧੀ ਸਾਹਿਬ ਜਾਂ ਜਿਹੜੇ ਆਪਾਂ ਸਾਰੇ ਬੈਠੇ ਹਾਂ, ਦੇਖੋ ਇਹਦੇ 'ਤੇ ਤਾਂ ਮੇਰਾ ਆਪਣੇ 'ਚ ਮਤਭੇਦ ਹੀ ਨਹੀਂ ਵੀ ਆਪਾਂ ਇਹ ਪੰਜਾਬ ਦੇ ਮੂਲ ਮੁੱਦੇ ਜਿਹੜੇ ਛੱਡ ਦਈਏ। ਮੈਂ ਪੰਜਾਬੀ 'ਤੇ ਆਉਣਾ ਚਾਹੁੰਦਾ, ਮੈਨੂੰ ਇਹ ਸਮਝ ਨਹੀਂ ਆਉਂਦੀ ਜਦੋਂ ਆਪਾਂ ਡਿਸਕਸ਼ਨ ਕਰਦੇ ਹਾਂ ਅਸੀਂ ਇਹ ਕਿਉਂ ਕਹਿੰਦੇ ਹਾਂ ਵੀ ਪੰਜਾਬੀ ਮਾਂ ਬੋਲੀ ਤਾਂ ਭੁੱਲਣੀ ਨਹੀਂ ਚਾਹੀਦੀ, ਦੂਜੀ ਭਾਸ਼ਾ ਵੀ ਸਿੱਖਣੀ ਚਾਹੀਦੀ? ਕੌਣ ਕਹਿੰਦਾ ਨਹੀਂ ਸਿੱਖਣੀ ਚਾਹੀਦੀ, ਸਿੱਖੀ ਜਾਓ। ਹੁਣ ਮੈਨੂੰ ਇਹ ਦੱਸੋ ਤੁਸੀਂ ਵੀ ਜੇ ਕੇ ਪੀ ਜੀ ਪੰਜਾਬ ਦੇ ਇੰਜੀਨੀਅਰਿੰਗ ਕਾਲਜਾਂ 'ਚ ਮੈਡੀਕਲ ਕਾਲਜਾਂ 'ਚ ਜਿਹੜਾ ਇਹ ਪੜ੍ਹਾਈ ਦਾ ਸਾਧਨ ਜਿਹੜਾ ਆ, ਜੇ ਇਹਨੂੰ ਪੰਜਾਬੀ 'ਚ ਇਹਦੀ ਟਰਾਂਸਲੇਸ਼ਨ ਹੋ ਜੇ, ਕਿਤਾਬਾਂ ਪੰਜਾਬੀ 'ਚ ਆ ਜਾਣ, ਸਾਇੰਸ ਨੂੰ ਮੈਡੀਕਲ ਨੂੰ ਸਾਡੇ ਜਿਹੜੇ ਬੱਚੇ ਨੇ ਕਿੰਨੇ ਵਧੀਆ ਢੰਗ ਨਾਲ ਸਿੱਖ ਸਕਦੇ ਆ। ਉਹਨਾਂ ਨੂੰ ਪਹਿਲਾਂ ਅੰਗਰੇਜ਼ੀ ਸਿੱਖਣੀ ਪਊ ਅਤੇ ਫਿਰ ਉਹ ਸਾਇੰਸ ਬਾਰੇ ਉਹਨਾਂ ਨੂੰ ਉਹਦੀਆਂ ਗੁੰਝਲਾਂ ਖੁੱਲਣੀਆਂ ਪੈਣਗੀਆਂ। ਇਸ ਪਾਸੇ ਕਿਉਂ ਨਹੀਂ ਜਾਂਦੇ ਆਪਾਂ? ਕਿਉਂ ਇੱਕ ਵਾਰੀ ਚਰਨਜੀਤ ਚੰਨੀ ਨੇ ਕਿਹਾ ਸੀ ਵੀ ਮੈਂ ਕੋਸ਼ਿਸ਼ ਕਰ ਰਿਹਾ, ਮਤਲਬ ਵੀ ਆਪਾਂ ਉੱਧਰ ਜਾਣ ਦੀ ਬਜਾਏ ਕਹਿੰਦੇ ਨਾਲ ਅੰਗਰੇਜ਼ੀ ਅੰਗਰੇਜ਼ੀ ਹੋਣੀ ਚਾਹੀਦੀ ਹੈ, ਕੋਈ ਚੱਕਰ ਨਹੀਂ। ਮੇਰੀ ਇੱਕ ਹੋਰ ਸੁਣੋ ਗੱਲ, ਪੰਜਾਬ ਤੋਂ ਵੱਧ ਕੈਨੇਡਾ 'ਚ ਪੰਜਾਬੀ ਭਾਸ਼ਾ ਰੁਜ਼ਗਾਰ ਦਾ ਸਾਧਨ ਬਣੀ ਹੈ। ਪੰਜਾਬੀ ਵਾਲੇ ਉੱਥੇ ਵਧੀਆ ਪੰਜਾਬੀ ਵਾਲੇ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ ਉਹ ਉੱਥੇ ਉਹਨਾਂ ਨੂੰ ਮਿਲਦੇ ਨਹੀਂ, ਕਿ ਬੰਦੇ ਨਹੀਂ ਮਿਲਦੇ, ਇੰਪਲਾਈ ਨਹੀਂ ਮਿਲਦੇ। ਤੁਸੀਂ ਕੀ ਕਹਿੰਦੇ? ਹੁਣ ਜੇ ਚੰਡੀਗੜ੍ਹ ਦੀ ਗੱਲ ਕਰ ਲਈਏ, ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ, ਤਾਂ ਫਿਰ ਤੁਸੀਂ ਦੱਸੋ ਵੀ ਪੰਜਾਬੀ ਜਿਹੜੀ ਹੈ ਰੁਜ਼ਗਾਰ ਦਾ ਭਾਸ਼ਾ ਕਿਵੇਂ ਬਣ ਜਾਏਗੀ? ਤਾਰਨੀ ਸਾਹਿਬ, ਅਸੀਂ ਇਸ ਗੱਲ 'ਤੇ ਖੁਸ਼ ਹੋ ਜਾਂਦੇ ਹਾਂ ਵੀ ਅਸੀਂ ਹੈਲਮਟ ਦੇ ਮਾਮਲੇ 'ਤੇ ਨੋਟੀਫਿਕੇਸ਼ਨ ਨਾਲ ਜਿਹੜਾ ਉਲਟ ਕਰਵਾਤਾ, ਅਸੀਂ ਇਸ ਗੱਲ 'ਤੇ ਖੁਸ਼ ਹੋ ਜਾਂਦੇ ਹਾਂ? ਸਾਡਾ ਪਾਣੀ ਖਰਾਬ ਹੋ ਗਿਆ, ਸਾਡੀ ਸਿੱਖਿਆ ਦੇ ਵਿੱਚ ਨਿਘਾਰ ਆ ਰਿਹਾ ਹੈਗਾ, ਸਾਡੀ ਇੰਡਸਟਰੀ ਆ ਜਿਹੜੀ ਉਹ ਖਤਮ ਹੋ ਰਹੀ ਹੈ, ਸਾਡੇ 'ਤੇ ਕਰਜ਼ਾ ਇੰਨਾ ਹੈਗਾ, ਸਾਡਾ ਖਜ਼ਾਨਾ ਜਿਹੜਾ ਖਾਲੀ ਹੋਇਆ ਪਿਆ, ਅਸੀਂ ਕਿੱਥੇ ਜਾ ਕੇ ਲੜਾਈ ਲੜਦੇ ਪਏ? ਤਾਰਨੀ ਸਾਹਿਬ, ਦੇਖੋ ਇਹ ਵੀ ਸਾਰੀਆਂ ਲੜਾਈਆਂ ਹੈਗੀਆਂ, ਪਰ ਚਲੋ ਹੈਲਮਟ ਦੀ ਤਾਂ ਇੱਕ ਸੈਕੰਡਰੀ ਵਾਲੀ ਗੱਲ ਹੈਗੀ ਹੈ, ਜਿੱਥੋਂ ਤੱਕ ਇਹ ਪੰਜਾਬੀ ਵਾਲੀ ਆ, ਸਾਰੇ ਵਿਦਵਾਨਾਂ ਨੇ ਗੱਲ ਕਰੀ ਹੈ ਇੱਥੇ ਪੈਨਲਿਸਟ ਨੇ, ਮੈਂ ਵੀ ਇਹਦੇ ਵਿੱਚ ਇਹ ਸਮਝਦਾ ਕਿ ਪੰਜਾਬੀ ਵਾਲੀ ਜਿਹੜੀ ਗੱਲ ਹੈਗੀ ਹੈ, ਮੈਂ ਸਰਦਾਰਾ ਸਿੰਘ ਜੌਹਲ ਦੀ ਪੜ੍ਹ ਰਿਹਾ ਸੀ, ਉਹਨਾਂ ਨੇ ਕਿਹਾ ਕਿ ਮੈਂ ਸਾਰੀ ਮਤਲਬ ਜਿਹੜੀ ਆਪਣੀ 8ਵੀਂ ਦੇ ਵਿੱਚ ਪੰਜਾਬੀ ਸਟਾਰਟ ਕੀਤੀ ਔਰ ਅੰਗਰੇਜ਼ਾਂ ਨੂੰ ਪੜ੍ਹਾਇਆ ਜਾ ਕੇ ਅੰਗਰੇਜ਼ੀ ਦੇ ਵਿੱਚ, ਬਹੁਤ ਵਧੀਆ ਗੱਲ ਹੈਗੀ ਹੈ, ਸਾਨੂੰ ਵੀ ਇਹ ਕਰਨਾ ਚਾਹੀਦਾ। ਬਟ ਨਾਲ ਦੀ ਨਾਲ ਮੈਂ ਇੱਕ ਹੋਰ ਗੱਲ ਕਰਦਾ ਕਿ ਇੰਗਲਿਸ਼ ਵੀ ਬਹੁਤ ਵਧੀਆ ਤਰੀਕੇ ਨਾਲ ਸਿੱਖਣੀ ਚਾਹੀਦੀ ਹੈ, ਬਿਕੋਜ਼ ਇੰਗਲਿਸ਼ ਹੈ ਜਿਹੜੀ ਇਟਸ ਏ ਵਿੰਡੋ ਥਰੂ ਵਿੱਚ ਵੀ ਸੀ ਦਾ ਹੋਲ ਵਰਲਡ। ਸਾਨੂੰ ਇਹ ਜਿਹੜੀ ਹੈਗੀ ਜੀ ਕਮਿਊਨੀਕੇਸ਼ਨ ਸਾਰੇ ਵਰਲਡ ਦੇ ਨਾਲ ਕਰਨੀ ਹੈਗੀ ਹੈ, ਤਾਂ ਸਾਨੂੰ ਬਾਕੀ ਭਾਸ਼ਾਵਾਂ ਦਾ ਗਿਆਨ ਵੀ ਬਹੁਤ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ। ਮਾਲੀ ਸਾਹਿਬ ਲਾਸਟ ਮਿੰਟ ਤੁਹਾਡੇ ਚਾਹੀਦੇ। ਮਾਲੀ ਸਾਹਿਬ, ਅਸੀਂ ਮੁੱਦਿਆਂ ਦੀ ਗੱਲ ਕਰ ਰਹੇ ਹਾਂ, ਇਹ ਮੁੱਦਿਆਂ ਦੀ ਗੱਲ ਅਸੀਂ ਇੱਥੇ ਹੀ ਕਰ ਲਈ ਹੈ, ਟੀਵੀ ਸਟੂਡੀਓ ਤੱਕ ਸੀਮਤ ਰਹਿ ਜਾਵੇਗੀ ਬਸ? ਹਾਂ ਬਿਲਕੁਲ ਜੀ, ਹਾਂ ਤੁਸੀਂ ਇਹ ਦੇਖੋ, ਸਿਆਸੀ ਪਾਰਟੀਆਂ ਦੇ ਜਿਹੜੇ ਬੁਲਾਰੇ ਨੇ, ਇੱਕ ਤਾਂ ਬਾਹਲੇ ਬੁਲਾਰੇ ਹੁਣ ਵਕੀਲ ਹੋ ਗਏ, ਉਹਨਾਂ ਨੂੰ ਪਤਾ ਲੱਗ ਗਿਆ ਵੀ ਢਲਕ ਕਿਵੇਂ ਬੋਚਣੀ ਆ, ਕਿਹੜੀ ਗੱਲ ਨੂੰ ਕਿਵੇਂ ਕਹਿਣੀ ਆ। ਮੈਂ ਤੁਹਾਨੂੰ ਦੱਸਦਾ, ਕਿਉਂਕਿ ਦੇਖੋ ਉਹਨਾਂ ਨੂੰ ਪਤਾ ਵੀ ਯਾਰ ਤੁਸੀਂ ਉੱਥੇ ਆਪਣੀ ਗੱਲ ਬੋਚਣੀ ਕਿਵੇਂ ਆ ਤੇ ਦੂਜੇ ਨੂੰ ਫਸਾਉਣਾ ਕਿਵੇਂ ਆ, ਉਹ ਇਹ ਕਿਉਂਕਿ ਸਿਆਸੀ ਬੰਦੇ ਅਸੀਂ ਫਸਾਉਂਦੇ, ਇਹ ਗੰਭੀਰ ਮਸਲੇ ਨੇ ਜੀ ਇੱਥੇ ਕੋਈ ਫਸਾਉਣ ਵਾਲੀ ਗੱਲ। ਚਲੋ ਜਿਹੜੀ ਮੈਂ ਗੱਲ ਕਰਦਾ, ਸਿਆਸੀ ਪਾਰਟੀਆਂ ਮੁੱਦਿਆਂ ਬਾਰੇ ਗੰਭੀਰ ਨੇ ਜੀ, ਸੋਚਣ ਨੂੰ ਤਿਆਰ ਨਹੀਂ। ਤੁਸੀਂ ਇਹ ਦੇਖ ਲਓ, ਜੇ ਸਿਆਸੀ ਪਾਰਟੀਆਂ ਇਸ ਮੰਗ ਨੂੰ ਹੁੰਗਾਰਾ ਕਿਉਂ ਨਹੀਂ ਭਰਦੀਆਂ ਵੀ ਜਿਹੜਾ ਤੁਹਾਡਾ ਚੋਣ ਮੈਨੀਫੈਸਟੋ ਆ ਉਹ ਕਾਨੂੰਨੀ ਹੋਵੇ, ਲਾ ਬਾਈਂਡਿੰਗ ਹੋਵੇ, ਤੇ ਜੇ ਤੁਸੀਂ ਉਹਨੂੰ ਟਾਈਮ ਬਾਈਡ ਪੂਰਾ ਨਹੀਂ ਕਰਦੇ ਤੁਹਾਡੀ ਇਲੈਕਸ਼ਨ ਰੱਦ ਹੋਵੇ, ਸਰਕਾਰ ਵਾਪਸ ਬੋਲੇ। ਮਾਲੀ ਸਾਹਿਬ, ਜੇ ਸਿਆਸਤ ਬੋਲਦੀ ਪਈ ਤੇ ਫਿਰ ਕੌਣ ਪੁੱਛੇਗਾ ਪੰਜਾਬ ਦੇ ਸਵਾਲ? ਮੇਰਾ ਇਹੀ ਮੂਲ ਸਵਾਲ ਆ, ਆਪਾਂ ਪੁੱਛਣਗੇ, ਪੁੱਛਦੇ ਰਹਾਂਗੇ ਜੀ। ਇਹ ਰੁੱਤਾਂ ਬਦਲਣਗੀਆਂ ਬਾਈ ਜੀ, ਐਂ ਥੋੜੋ ਵੀ ਇਹਨਾਂ ਦੀ ਜਿਵੇਂ ਐਂ ਚੋ, ਤੁਸੀਂ ਦੇਖੋ ਪੰਜਾਬ ਦੇ ਵਿੱਚ ਤੂਫਾਨ ਉੱਠਿਆ ਸੀ ਨਾ ਇੱਕ ਆਮ ਆਦਮੀ ਪਾਰਟੀ ਨਾਲ, ਇਹ ਵੱਖਰੀ ਗੱਲ ਆ ਵੀ ਆਮ ਆਦਮੀ ਪਾਰਟੀ ਨੇ ਖੁਦ ਉਹਨੂੰ ਤਬਾਹ ਕਰਤਾ। ਰੁੱਤ ਬਦਲੂਗੀ, ਰੁੱਤ ਬਦਲੂਗੀ, ਬਿਲਕੁਲ ਬਦਲੂਗੀ। ਚਲੋ ਬਹੁਤ ਧੰਨਵਾਦ ਤਲਵਰ ਸਿੰਘ ਤੁਹਾਡਾ ਤੇ ਮਾਲੀ ਸਾਹਿਬ ਤੁਹਾਡਾ ਬਹੁਤ ਧੰਨਵਾਦ, ਧਾਰਨੀ ਸਾਹਿਬ ਤੁਹਾਡਾ ਬਹੁਤ ਧੰਨਵਾਦ, ਸਵਾਇਸ ਸਾਹਿਬ ਤੁਹਾਡਾ ਬਹੁਤ ਧੰਨਵਾਦ, ਜਗਤਾਰ ਸਿੰਘ ਜਿਹੜਾ ਤੁਹਾਡਾ ਬਹੁਤ ਧੰਨਵਾਦ। ਕੋਸ਼ਿਸ਼ ਮੈਂ ਕੀਤੀ ਹੈ ਸੰਜੀਦਾ ਚਰਚਾ ਹੋਵੇ, ਰੁੱਤ ਬਦਲੇਗੀ, ਰੁੱਤ ਨਵੀਂ ਵੀ ਆਏਗੀ।
ਤੇ ਜਦੋਂ ਰੁੱਤ ਨਵੀਂ ਆਉਂਦੀ ਹੈ ਤਾਂ ਉਸਦਾ ਇੰਤਜ਼ਾਰ ਕਰਨਾ ਪੈਂਦਾ। ਉਮੀਦ ਦੀ ਕਿਰਨ ਹਜੇ ਬਾਕੀ ਹੈਗੀ, ਮੁੱਖਿਆ ਕੁਛ ਨਹੀਂ ਹੈਗਾ, ਸਵਾਲ ਪੁੱਛਦੇ ਪਏ ਨੇ ਲੋਕ, ਵਿਰੋਧ ਹੋ ਰਿਹਾ ਹੈਗਾ, ਪਰ ਵਿਰੋਧ ਕਿਹੜੀਆਂ ਗੱਲਾਂ 'ਤੇ ਹੋ ਰਿਹਾ ਇਹ ਸਾਨੂੰ ਦੇਖਣਾ ਪਵੇਗਾ, ਅਤੇ ਵਿਰੋਧ ਕਰਵਾਉਣ ਵਾਲੇ ਕਿਹੜੇ ਹੈਗੇ ਵੀ ਸਾਨੂੰ ਦੇਖਣਾ ਪਵੇਗਾ, ਵਿਰੋਧ ਕਿਹੜੀਆਂ ਗੱਲਾਂ 'ਤੇ ਹੋਣਾ ਚਾਹੀਦਾ ਅਤੇ ਵਿਰੋਧ ਕਰਵਾਉਣ ਵਾਲੇ ਹੋਣ ਕੌਣ। ਇਹ ਫੈਸਲਾ ਤੁਹਾਡੇ ਹੱਥ ਹੈ, ਵੋਟ ਸੋਚ ਸਮਝ ਕੇ ਪਾਉਣੀ ਹੈ। ਜਿਹੜੇ ਪੰਜਾਬ ਦੇ ਮੁੱਦੇ ਭੁੱਲਦੇ ਪਏ ਆ, ਇਹਦਾ ਮਤਲਬ ਉਹ ਤੁਹਾਡੇ ਨਹੀਂ ਹੈਗੇ। ਬਹੁਤ ਧੰਨਵਾਦ।